ਜਿਹੜੇ ਵੱਡੇ ਲੋਕ ਉਹਨਾਂ ਨੂੰ ਫੋਨ ਕਰਕੇ ਸਾਧ ਲੈਦਾ ਜ਼ਮੀਨਾਂ ਵਾਲਿਆਂ ਨੂੰ ਵੀ ਆ ਕੇ ਕਣਕ ਲੈ ਜਾਓ ਉਹਨਾਂ ਦੇ ਘਰੇ ਵੀ ਸੱਟ ਕੇ ਆਉਂਦੇ ਆ ਘਰੇ ਪਰਚੀਆਂ ਘੱਟ ਕੇ ਆਉਂਦੇ ਆ ਜੱਸ ਕਮ ਮਰਦਾਬਾਦ 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 ਜਿਹੜੇ ਬੰਦੇ ਮੰਨ ਗਏ ਚਲੋ ਗਰੀਬ ਬੰਦੇ ਆ ਨਾ ਤੇ ਮਦਨੇ ਕੇ ਆ ਜੀ ਉਹਨਾਂ ਦੀ ਕਣਕ ਵੀ ਹਜੇ ਤੱਕ ਨਹੀਂ ਦਿੱਤੀ ਜਾ ਰਹੀ ਜੀ ਉਹਨਾਂ ਦੀ ਜਿਹੜੇ ਬੰਦੇ ਚੰਗੇ ਆ ਵਧੀਆ ਸਮਝਦਾਰ ਬੰਦੇ ਜਿਨ੍ਹਾਂ ਕੋਲੇ ਹੈਗਾ ਸਭ ਕੁ ਉਹਨਾਂ ਦੇ ਘਰਾਂ ਦੇ ਜਾ ਜਾ ਕੇ ਇਹ ਬੰਦਾ ਪਰਚੀਆਂ ਘੱਟਦਾ ਉਹਨੂੰ 39 ਵਰੀਆਂ ਹੋ ਗਿਆ ਸਾਨੂੰ 39 ਵਰੀਆਂ ਦੀ ਕਣਕ ਨਹੀਂ ਮਿਲੀ ਹਾਂ ਕੱਲੀ ਕੁੜੀ ਕੁੜੀ ਇਹ ਕਰੇ ਆ ਬੰਦਾ ਮੇਰਾ ਉਧਰ ਆਕਣਾ ਪਿਆ ਫੂ ਲਾਲਾ ਕੇ ਕਣਕਾਂ ਵੰਡ ਦਿੰਦੇ ਆਗੇ ਜਿਹੜੇ ਲਹਾਜੀ ਹੁੰਦੇ ਆਗੇ ਸਾਡੇ ਵਿਆਹ ਥੋੜੀ ਬੰਦੇ ਨੂੰ ਕਿਸੇ ਨੂੰ ਕਣਕ ਨਹੀਂ ਮਿਲੀ ਇਹ ਜਿਹੜੇ ਤਕੜੇ ਆ ਨਾ ਉਹਨਾਂ ਨੇ ਇੱਕ ਘਪਲੇ ਕਰਕੇ ਲੈ ਜਾਂਦੇ ਕਣਕ ਕਹਿੰਦੇ ਸਰਕਾਰ ਦੇ ਕੋਟਾ ਖਤਮ ਹੋ ਗਿਆ ਫਰੀ ਵਾਲੀ ਕਣਕ ਦਾ ਬਾਅਦ ਚ ਪੈਸੇ ਵਾਲਿਆ ਵੀ ਉਹ ਵੀ ਸਰਕਾਰ ਦੇ ਕੋਟੇ ਚੋਂ ਹੀ ਆਈ ਹੈ ਪੈਸਿਆਂ ਵਾਲੀ ਵੀ ਇਹ ਜੇ ਕਰੇ ਜਾਈਦਾ ਤੇ ਆਹਨ ਦਾ ਕੋਟਾ ਪੂਰਾ ਹੋ ਗਿਆ ਤੁਹਾਡਾ ਅਸੀਂ ਅਗਲੀ ਯਾਰ ਦੇਵਾਂਗੇ ਸਾਨੂੰ ਪਿਛਲੀ ਯਾਰ ਵੀ ਫਰੀ ਵਾਲੇ ਕਣਕ ਮਿਲੀ ਨਹੀਂ ਸੇਨੇ ਦਿੱਤੀ ਨਹੀਂ ਕਹਿੰਦਾ ਮੁੱਕ ਗਈ ਹੋਣੀ ਨਾਲੇ ਤੇ ਤਾਂ ਬੰਦਾ ਮਰੇ ਦਾ ਤਾਂ ਘਾਟ ਕੱਟਦਾ ਹੀ ਆ ਤੇ ਜਿਉਂਦਿਆਂ ਦੇ ਘੱਟ ਦਿੰਦੇ ਕਣਕ ਇਹ ਜੀ ਘਰੋ ਘਰੀ ਕਣਕੇ ਪਹੁੰਚਿਆ ਜੀ ਘਰੋ ਘਰੀ ਕਿ ਇੱਥੇ ਆਇਆ ਨੂਬ ਨਹੀਂ ਦਿੰਦੇ ਢੀਪੂ ਵਾਲੇ ਛੜ ਤੇ ਇੱਕ ਮੁੰਡੇ ਦਾ ਨਾਮ ਹੀ ਕੱਟਤਾ ਉਹਨਾਂ ਨੇ ਹਾਂ 16 ਰੁਪਏ ਕਿਲੋ ਆਟਾ ਲੈ ਕੇ ਖਾਣੇ ਆ ਸੀ ਤੇ ਇਹ ਕਹਿੰਦੇ ਅੱਜ ਦਾ ਰੱਟ ਦੇ ਸਵੇਰੇ ਕੱਢਦੇ ਤੇ ਕੱਢਦਾ ਕੋਈ ਵੀ ਨਹੀਂਗਾ ਇੱਕ ਮੇਰੀ ਪੋਤੀ ਦੀ ਕਣ ਘਾ ਰਹੀ ਆ ਤੇ ਮੇਰੀ ਨੋਹ ਦੀ ਅੱਜ ਤੱਕ ਵੀ ਕਣਕ ਨਹੀਂ ਦਿੰਦੀ ਇਹਦੇ ਦੇਖੋ ਇਹਨਾਂ ਦਾ ਊਸੂਲ ਅਣਕਾਈ ਜਰੀ ਇਸ ਦੀਪੂ ਤੇ ਕੋਟ ਕਪੂਰੇ ਵਾਲ ਤੇ 30 35 40 ਕਰ ਰਹੇ ਜਾਂਦੇ ਆ ਕਿਉਂ ਕਰ ਰਹੇ ਜਾਂਦੇ 40 ਇਸ ਕਰਕੇ ਰਹਿੰਦੇ ਕਿਉਂਕਿ ਦੀਪੂ 5 6 ਬੰਦਿਆਂ ਦੇ ਨਾਂ ਤੇ ਵਣਦੇ ਦੋ ਦੀਪੂਆਂ ਤੇ ਕਣਕ ਆ ਇਹ ਸਾਰਿਆਂ ਵੇਖ ਲੋ ਬਜ਼ੁਰਗਾਈ ਸਾਰੀਆਂ ਜਿੰਨੀਆਂ ਆ ਗਈ ਮਾਤਾ ਸਾਰਾ ਦੇ ਹੱਥਾ ਜਕਾਰਡ ਆ ਇਹ ਲੈਣਾ ਚ ਚ ਲੱਗਣਾ ਗੰਗਾ ਠੀਕ ਆ 9 ਕੁਆਂਟਲ ਕਣਕ ਸਾਨੂੰ ਇਹ ਦੱਸੇ ਵੀ ਕਿੱਥੇ ਗਈ ਆ ਕਿੱਥੇ ਹੈਗੀ ਆ ਅਸੀਂ ਮਜ਼ਦੂਰ ਬੰਦੇ ਆ ਅਸੀਂ ਇਹਨਾਂ ਦਾ ਪਿੱਛਾ ਨਹੀਂ ਕਰ ਸਕਦੇ ਇਹਨਾਂ ਨੂੰ ਸਰਕਾਰਾਂ ਨੂੰ ਆਪਣੇ ਆਪ ਚਾਹੀਦਾ ਮੈਂ ਸੁਣਦਾ ਵੀ ਬਦਲਾ ਆ ਗਿਆ ਬਦਲਾ ਆ ਗਿਆ ਜੀ ਬਦਲਾ ਏ ਹੋਏ ਕੋਈ ਪੰਜ ਸਾਲ ਹੋ ਗਿਆ ਸਰਕਾਰ ਬਣੀ ਨੂੰ 9-10 ਮਹੀਨੇ ਹੋਏ ਸੁੱਖ ਨੇ ਉਹਦੋਂ ਔਖੇ ਹੋਈਆਂ ਹਾਂਜੀ ਸਾਨੂੰ ਕੋਈ ਫਾਇਦਾ ਨਹੀਂ ਕਰ ਨਵੀਂ ਸਰਕਾਰ ਦਾ ਕੀ ਸਰਕਾਰ ਜਿਹੜੀ ਕਰਦੀ ਸੀ ਵੀ ਘਰੋਂ ਘਰੀ ਅਸੀਂ ਆਟਾ ਦੇਵਾਂਗੇ ਕੀ ਉਹਦੀ ਇੰਨੀ ਔਕਾਤ ਨਹੀਂ ਹੈਗੀ ਵੀ ਉਹ ਘਟੋ ਘਟੋ ਦੋ ਤਿੰਨ ਮਸ਼ੀਨਾਂ ਹੋਰ ਬਲਾਕ ਦੇ ਵਿੱਚ ਦੇ ਸਕੇ ਦੋ ਤਿੰਨ ਮੁੰਡੇ ਹੋਰ ਮਸ਼ੀਨ ਵਾਲੇ ਭਰਤੀ ਕਰ ਸਕੇ ਹੁਣ ਸਾਡੀ ਚੱਕਦੀ ਨਹੀਂ ਅਗੂਠੇ ਨਹੀਂ ਚੱਕਦੀ ਮਸ਼ੀਨ ਸਾਡਾ ਕੀ ਪ੍ਰੋਗਰਾਮ ਹੋ ਜਾਣਾ ਕਿ ਇਹ ਵੱਡੇ ਸਰਮਾਇਦਾਰਾਂ ਨੂੰ ਲੱਖਾਂ ਕਰੋੜਾਂ ਦਾ ਕਰਜ਼ਾ ਜਿਹੜਾ ਮਾਫ਼ ਕਰੀ ਜਾਂਦੇ ਆ ਇਹ ਹਨਾ ਉਹਦੇ ਤੇ ਕੋਈ ਨਹੀਂ ਬੋਲਦਾ ਹੁਣ ਜੇ ਆ ਪੈਨਸ਼ਨ ਦੀ ਗੱਲ ਚੱਲੀ ਸੀ ਪੁਰਾਣੀ ਪੈਨਸ਼ਨ ਦੀ ਉਹਦੇ ਵਿੱਚ ਵੀ ਆਪਾਂ ਦੇਖਿਆ ਉਹ ਬਿਆਨ ਦਿੰਦੇ ਨੇ ਜੀ ਇਹਦੇ ਨਾਲ ਲੋਕਾਂ ਦਾ ਭਵਿੱਖਾ ਖਰਾਬ ਹੋਊਗਾ ਜੇ ਪੈਨਸ਼ਨ ਲੱਗੂਗੀ ਮੇਰੇ ਆ ਆਸੇ ਪਾਸੇ ਲੋਕ ਇਕੱਠੇ ਆ ਮਾਈਆਂ ਬਜ਼ੁਰਗਾਂ ਨੌਜਵਾਨਾਂ ਇਹ ਇਕੱਠੇ ਹੋਏ ਆ ਵੀ ਸਾਨੂੰ ਕਣਕ ਨਹੀਂ ਸਹੀ ਮਿਲਦੀ ਕਣਕ ਸਹੀ ਦਾ ਮਤਲਬ ਕੀ ਹੈ ਕਿ ਜਦੋਂ ਅਸੀਂ ਕਣਕ ਲੈਣ ਦੀਪੂ ਤੇ ਜਾਂਦੇ ਆ ਤਾ ਉੱਥੇ ਕਹਿਤਾ ਜਾਂਦਾ ਕਿ ਕਣਕ ਮੁੱਕ ਗਈ ਇਹ ਇੱਕ ਪਿੰਡ ਦਾ ਮਸਲਾ ਨਹੀਂ ਇਹ ਲਗਭਗ ਪੰਜਾਬ ਦੇ ਸਾਰੇ ਪਿੰਡਾਂ ਜੀ ਇਹੋ ਜਿਹਾ ਮਸਲਾ ਉਰਦਾ ਹੈ ਇਹ ਮਸਲਾ ਉੱਠਣ ਪਿੱਛੇ ਕਈ ਤਰ੍ਹਾਂ ਦੇ ਕਾਰਨ ਹੈ ਇੱਕ ਤਾਂ ਜਿਹੜੇ ਡੀਪੂ ਵਾਲੇ ਉਹ ਕਹਿੰਦੇ ਆ ਕਿ ਸਰਕਾਰ ਨੇ 12% ਕੋਟਾ ਘਟਾਤਾ ਜੀ ਕੋਈ ਕਹਿੰਦਾ 15% ਘਟਾਤਾ ਇਸ ਤਰੀਕੇ ਨਾਲ ਕਹਿੰਦੇ ਕਿ ਪਿੱਛੋਂ ਕੋਟਾ ਘਟ ਗਿਆ ਜਿਹੜੀ ਕਣਕ ਮੁਫਤ ਮਿਲਣੀ ਹੁੰਦੀ ਹੈ ਜਿਹੜੀ ਕਣਕ ਕੇਂਦਰ ਸਰਕਾਰ ਮੁਫਤ ਦਿੰਦੀ ਹੈ ਉਹ ਕਣਕ ਦੇ ਵਿੱਚੋਂ ਇਹ ਕਹਿਤਾ ਜਾਂਦਾ ਕਿ ਕੇਂਦਰ ਨੇ ਐਲਕੀ 12% ਕੋਟਾ ਘਟਾਤਾ 15 ਘਟਾਤਾ ਪਰ ਲੋਕਾਂ ਜਦੋਂ ਲੋਕ ਜਾਂਦੇ ਆ ਲੋਕਾਂ ਨੂੰ ਹੁਣ ਇਹ ਨਹੀਂ ਪਤਾ ਲੱਗਦਾ ਵੀ ਉਹ ਕੋਟਾ ਘਟਿਆ ਕਿਹਦਾ ਹੈ ਕਿਹਦਾ ਮਰ ਗਿਆ ਜੇ 15% ਕੋਟਾ ਘਟ ਗਿਆ ਤਾਂ ਉਹ ਡਿਵਾਈਡ ਕਰ ਦਿੱਤਾ ਜਾਵੇ ਕਿ ਕਿੰਨਾ ਕਿੰਨਾ ਕਣਕ ਪਾਈ ਸਭ ਨੂੰ ਘਟ ਮਿਲੂਗੀ ਫਿਰ ਤਾਂ ਇਹ ਲੋਕ ਵੀ ਜਰ ਲੈਣ ਪਰ ਲੋਕ ਹੁੰਦੇ ਆ ਔਖੇ ਕਿਉਂਕਿ ਕੋਈ ਤਾਂ ਲੈ ਜਾਂਦਾ ਤੇ ਕਈ ਰਹਿ ਜਾਂਦੇ ਆ ਕਈ ਯਾਰ ਇਹ ਵੀ ਹੁੰਦਾ ਕਿ ਜਿਹੜਾ ਲੋੜਵੰਦ ਆ ਉਹ ਰਹਿ ਜਾਂਦਾ ਤੇ ਜਿਹੜਾ ਕੋਈ ਤਕੜਾ ਹੁੰਦਾ ਜਿਹਦਾ ਡਿੱਪੂ ਵਾਲੇ ਨਾਲ ਲਿਆਜ ਹੁੰਦੀ ਆ ਉਹ ਲੈ ਜਾਂਦਾ ਤਾਂ ਇਸੇ ਮਸਲੇ 'ਚ ਇਹ ਲੋਕ ਇਕੱਠੇ ਹੋਏ ਆ ਗੱਲਬਾਤ ਕਰਦੇ ਆ ਵੀ ਕੀ ਸਾਰਾ ਮਸਲਾ ਹੈ ਕਦੋਂ ਤੋਂ ਇਹ ਰੌਲਾ ਚੱਲ ਰਿਹਾ ਕੀ ਚੱਕਰ ਹੈ ਜੀ ਸਭ ਤੋਂ ਪਹਿਲਾਂ ਇਹ ਦੱਸੋ ਜੀ ਵੀ ਐਸਵਾਰ ਕਿੰਨੇ ਲੋਕਾਂ ਨੂੰ ਕਣਕ ਨਹੀਂ ਮਿਲਦੀ ਕਣਕ ਆਈ ਜਰੀ ਐਸ ਦੀਪੂ ਤੇ ਕੋੜ ਕਪੂਰੇ ਵਾਲ ਤੇ 30 35 40 ਕਰ ਰਹੇ ਜਾਂਦੇ ਆ ਕਿਉਂ ਕਰ ਰਹੇ ਜਾਂਦੇ ਆ 40 ਇਸ ਕਰਕੇ ਰਹਿੰਦੇ ਕਿਉਂਕਿ ਦੀਪੂ 5 6 ਬੰਦਿਆਂ ਦੇ ਨਾਂ ਤੇ ਵੰਡੇ ਦੋ ਦੀਪੂਆਂ ਤੇ ਕਣਕ ਆ ਇਹ ਕੋੜ ਕਪੂਰੇ ਵਾਲੇ ਦਾ ਜਦੋਂ ਇਹ ਲਾਸਟ ਤੇ ਵੰਡਣ ਪੈਂਦੇ ਆ ਜਿਹੜਾ ਅਕਬਾਲ ਸਿੰਘ ਆ ਸਾਡੇ ਪਿੰਡ ਦਾ ਕਾਲਾਡ ਵੰਡਦਾ ਦੀਪੂ ਵਾਲਾ ਇਹ ਵੀ ਕਣਕ ਜਦੋਂ ਵੰਡਦਾ ਦੂਜਿਆਂ ਨੂੰ ਪੂਰੀ ਦੇਂਦਾ ਇਹਦੇ ਵੇਰੀ ਕਿਤੇ 50 ਕਰ ਰਹੇ ਨੇ ਕਿਤੇ 40 ਰਹਿੰਦੇ ਆ ਆਈ ਵੇਰੀ ਰੋਲਾ ਪੈਂਦਾ ਪਹਿਲੀ ਤਾਂ ਗੱਲ ਜੀ ਦੇ ਜਿਹੜਾ ਬੰਦਾ ਆਪ ਵੰਡ ਨਹੀਂ ਸਕਦਾਗਾ ਜਾਂ ਵੰਡ ਨਹੀਂ ਰਿਹਾਗਾ ਉਹਦਾ ਡੀਪੂ ਕੈਨਸਲ ਕਰਕੇ ਕਿਸੇ ਲੋੜਵੰਦ ਪਿੰਡ ਦੇ ਵਿਅਕਤੀ ਨੂੰ ਜਿਹੜਾ ਵੰਡ ਸਕਦਾ ਵਰਕ ਕਰ ਸਕਦਾ ਸਹੀ ਲੋਕਾਂ ਨੂੰ ਉਹਨੂੰ ਡੀਪੂ ਦੇਣਾ ਚਾਹੀਦਾ ਇਹ ਕਿਸੇ ਇਹ ਡੀਪੂ ਕੀ ਦੇ ਕੋਲੇ ਆ ਇਹ ਕੋਟਕਪੂਰੇ ਦੇ ਜਸਪ੍ਰੀਤ ਦੇ ਨਾਂ ਤੇ ਆ ਗਿਆਨੀ ਗਿਆਨੀ ਉੱਥੇ ਵੀ ਉਹਨਾਂ ਦੇ ਡੀਪੂ ਬਹੁਤ ਆ ਉਹਨਾਂ ਦੀ ਇੰਸਪੈਕਟਰ ਕੌਣ ਆ ਜਾ ਇੱਥੇ ਕਾਲਾ ਡੀਪੂ ਵਾਲਾ ਵਜਦਾ ਗਿਆਨੀ ਇਹ ਵੰਡਦਾ ਉਹਦਾ ਰਿਸ਼ਤੇਦਾਰ ਇਹ ਲੋਇਆ ਉਹਨਾਂ ਦੀ ਵੀ ਇਹਨਾਂ ਦੀਪੂਆਂ ਤੇ ਇਕੱਠੀ ਕਰਕੇ ਕਣਕ ਵੰਡੀ ਜਾਂਦੀ ਆ ਸਾਡੀ ਮੰਗ ਇਹ ਆ ਵੀ ਦੀਪੂ ਜਿਹੜੇ ਜਿਹੜੇ ਨਹੀਂ ਵੰਡ ਸਕਦੇ ਜਾਂ ਕੈਨਸਲ ਹੋਏ ਆ ਹੋਰਾਂ ਨੂੰ ਅਰਜ਼ੀਆਂ ਲੈ ਕੇ ਦੀਪੂ ਇਹ ਹੀ ਕਣਕ ਪੰਨੀ ਸੀ ਚੀਜ਼ਾਂ ਹੀ ਵੰਡੀ ਜਾਵੇ ਤਾਂ ਇਹ ਰੌਲਾ ਘਟ ਸਕਦਾ ਘਟ ਸਕਦਾ ਇਹ ਇਹ ਮਤਲਬ ਸਮੱਸਿਆ ਕਦੋਂ ਤੋਂ ਆ ਰਹੀ ਆ ਜੀ ਭਈ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਪਿੰਡ ਰੋੜੀ ਕਪੂਰਾ ਠੀਕ ਹੈ ਜੀ ਇਹ ਸਮੱਸਿਆ ਕਾਫੀ ਟਾਈਮ ਦੀ ਆ ਰਹੀ ਹੈ ਜੀ ਇਹ ਸਾਰੇ ਲੋਕ ਬਹੁ ਟਾਈਮ ਦੇ ਚੁੱਪ ਭਰੇ ਬੀਤੇ ਸੀਗੇ ਉਵੇਂ ਹੀ ਬੈਠੇ ਸੀਗੇ ਗਰੀਬ ਬੰਦੇ ਆ ਕਹਿੰਦੇ ਰੋਟੀ ਖਾਦੀ ਕਹਿੰਦੇ ਨਹੀਂ ਖਾਦੀ ਸਾਰੇ ਦਿਹਾੜੀਦਾਰ ਬੰਦੇ ਆ ਠੀਕ ਹੈ ਇਹ ਇੰਨਾ ਬੰਦਾ ਖਰਾਬ ਕਰ ਰਿਹਾ ਅੱਜ ਸਾਨੂੰ ਪਤਾ ਲੱਗਿਆਗਾ ਅੱਜ 9 ਕੁਇੰਟਲ ਕਣਕ 7 ਕਿਲੋ ਕਣਕ ਕੋਟ ਕਪੂਰਾ ਦਾ ਦੀਪੂ ਜੋ ਕਾਲਾ ਸਿੰਘ ਅਕਬਾਲ ਇਹ ਮੰਨ ਕੇ ਚਾ ਵੰਦਦਾ ਜੀ ਉਹਦੀ ਉਹ ਬੰਦਾ ਆ ਨਹੀਂ ਰਿਹਾ ਬਹਾਨਾ ਮਾਰ ਰਿਹਾ ਮੈਂ ਬਿਮਾਰ ਆਇਆ ਉਹ ਅੱਜ ਜਾ ਕੇ ਦੇਖ ਲੋ ਬੰਦਾ ਸਹੀ ਆ ਹੋ ਠੀਕ ਆ ਆ ਸਾਰੇ ਨੇ ਰੌਲਾ ਪਾਇਆ ਕਿਉਂਕਿ ਇਹ ਘਰਾਂ ਦੇ ਵਿੱਚ ਜਾ ਕੇ ਕਿਉਂ ਪਰਚੀਆਂ ਕੱਟ ਰਿਹਾ ਹੈਗਾ ਠੀਕ ਆ 9 ਕੁਇੰਟਲ ਕਣਕ ਸਾਨੂੰ ਇਹ ਦੱਸੇ ਵੀ ਕਿੱਥੇ ਗਈ ਆ ਕਿੱਥੇ ਹੈਗੀ ਆ ਸਾਰੇ ਬੰਦੇ ਸਾਰਿਆਂ ਇਹ ਵੇਖ ਲੋ ਬਜ਼ੁਰਗਾਈ ਸਾਰਿਆਂ ਜਿੰਨੀਆਂ ਹੈਗੀਆਂ ਮਾਤਾ ਸਾਰਾ ਦੇ ਹੱਥਾਂ 'ਚ ਕਾਰਡ ਆ ਇਹ ਲੈਣਾ ਚ ਚ ਲੱਗਾਂਗਾ ਗੰਗਾ ਫਿਰ ਉਹਦਾ ਜਿਹੜਾ ਸਾਲਾਗਾ ਖੁਦ ਅਕਾਲੇ ਦਾ ਉਹ ਇਨਸਪੈਕਟਰ ਆ ਉਹਨੂੰ ਲਾਉਂਦਾ ਹੀ ਹੋਰ ਇਨਸਪੈਕਟਰ ਕੀ ਨਾ ਇਨਸਪੈਕਟਰ ਦਾ ਹੈਪੀ ਆ ਜੀ ਉਹਨਾਂ ਹੈਪੀ ਹੈ ਹਾਂਜੀ ਹੈਪੀ ਹੈ ਜੀ ਇਹ ਤਾਂ ਖੁੱਦ ਦਾ ਸਾਲਾ ਜੀ ਕਾਲੇ ਦਾ ਜੀ ਠੀਕ ਹੈ ਜੀ ਉਹਦੇ ਦੋਨੇ ਕਰਕੇ ਐ ਨਹੀਂ ਪਤਾ ਵੀ ਦੋਨੇ ਕਬਲਾ ਕਰਦੇ 9 ਕੁਆਟਰ ਕਣਕ ਤਾਂ ਸਾਨੂੰ ਦੱਸੋ ਕਿੱਧਰ ਜਾਂਦੀ ਉਹ ਸਾਢੇ ਕੋਟਿਆਂ ਵਿੱਚੋਂ ਸਾਡੇ ਵਿੱਚੋਂ ਕੱਟੀ ਜਾਂਦੇ ਸਾਨੂੰ ਕੰਗਾਂ ਨੂੰ ਕਣਕ ਮਿਲਦੀ ਆ ਕੰਗਾਂ ਨੂੰ ਨਹੀਂ ਕਣਕ ਮਿਲਦੀ ਜੀ ਠੀਕ ਕੰਗਾਂ ਨੂੰ ਕਣਕ ਮਿਲਦੀ ਐ ਇੱਥੇ ਪੁੱਛੋ ਹੀ ਕਈ ਬੰਦੇ ਬਹੁਤ ਆ ਜੀ ਕੰਗਾਂ ਨੂੰ ਦੋ ਦੋ ਵਾਰੀ ਕਣਕ ਨਹੀਂ ਮਿਲੀ ਜੀ ਠੀਕ ਆ ਇਹ ਬੰਦੇ ਕਿਵੇਂ ਕਰਦੇ ਕਿਵੇਂ ਨਹੀਂ ਫਿਰ ਆਪਦੇ ਦੀਪੂਆਂ ਦੇ ਵਿੱਚੇ ਪਰਚੀਆਂ ਆਪਦੇ ਦੀਪੂਆਂ ਕਾਲਾ ਸੰਗ ਆਪਦੇ ਦੀਪੂਆਂ ਵਿੱਚ ਪਰਚੀਆਂ ਕਰਦਾ ਕਿਉਂਕਿ ਕਿਉਂ ਨਹੀਂ ਉਹ ਆਪਦੇ ਖੁਦ ਆਪ ਦੀਆਂ ਹੋਰ ਪਰਚੀਆਂ ਕੱਟੇ ਨਹੀਂ ਇਹ ਤਾਂ ਜਦੋਂ ਇਹ ਬੰਦਾ ਨਹੀਂ ਆਪਦੀ ਕਣਕ ਵੰਡ ਸਕਦਾਗਾ ਇਹ ਆਦਾ ਦੀਪੂ ਆਪ ਹੀ ਕਰੇ ਇਹ ਵੀ ਦੱਸਿਓ ਵੀ ਕਈ ਲਾਟ ਆ ਦੋਹੀ ਤਾਂ ਹੀ ਵੰਡਦੇ ਆ ਕਣਕ ਪੰਜ ਦੀਪੂ ਲਾਟ ਆ ਮੈਂ ਇਹ ਪੁੱਛਦਾ ਹਾਂ ਵੀ ਕਈ ਵਾਰੀ ਇਹ ਹੁੰਦਾ ਕਿ بڑے ਬੰਦੇ ਜਿਹੜੇ ਲੋੜ ਵੰਡਦਾ ਉਹ ਰਹਿ ਜਾਂਦੇ ਆ ਕਿਹ ਬੰਦੇ ਹੁੰਦੇ ਜਿਹਨਾਂ ਦੀ ਲਿਹਾਜ਼ਾਂ ਉਹ ਲੈਣਦੇ ਅਜਿਹਾ ਕੁਝ ਵੀ ਹੁੰਦਾ ਇਹੀ ਕੁਝ ਹੁੰਦਾ ਬਈ ਜੀ ਜਿਹੜੇ ਬੰਦੇ ਮੰਨ ਕੇ ਚੱਲੋ ਗਰੀਬ ਬੰਦੇ ਹਨ ਤੇ ਮਦਨੇ ਕੇ ਆ ਜੀ ਉਹਨਾਂ ਦੀ ਕਣਕ ਵੀ ਹਜੇ ਤੱਕ ਨਹੀਂ ਦਿੱਤੀ ਜਾ ਰਹੀ ਜੀ ਉਹਨਾਂ ਦੀ ਜਿਹੜੇ ਬੰਦੇ ਚੰਗੇ ਆ ਵਧੀਆ ਸਮਾਜਦਾਰ ਬੰਦੇ ਜਿਨ੍ਹਾਂ ਕੋਲੇ ਹੈਗਾ ਸਭ ਕੁ ਉਹਨਾਂ ਦੇ ਘਰਾਂ ਦੇ ਜਾ ਜਾ ਕੇ ਬੰਦਾ ਪਰਚੀਆਂ ਕੱਟਦਾ ਜੀ ਚੰਗੇ ਘਰਾਂ 'ਚ ਜਾ ਕੇ ਪਰਚੀਆਂ ਦੇ ਆਉਂਦਾ ਤੇ ਜਿਹੜੇ ਗਰੀਬ ਆ ਲੋੜਵੰਦ ਉਹ ਉਹ ਰਹਿ ਜਾਂਦੇ ਜੋ ਸਾਰੇ ਰਹਿੰਦੇ ਆ ਗਰੀਬ ਬੰਦੇ ਸਾਰੇ ਰਹਿੰਦੇ ਆ ਉਹ ਦੇਖੋ ਜੀ ਮਾਤਾ ਦੇ ਦੇਖ ਲਓ ਚਸ਼ਮਾ ਕਿਹੜੇ ਹਿਸਾਬ ਨਾਲ ਚੜਿਆ ਜੀ ਕਿਵੇਂ ਆਈ ਹੈ ਨਿਗਾ ਬ ਬੇਬੇ ਕਿੰਨੀ ਕਿੰਨੀ ਉਮਰ ਆ ਤੁਹਾਡੀ ਉਮਰ ਬਈ 60 ਦੇ 70 ਤੇ ਹੋਊਗੀ 70 ਤੋਂ ਉੱਤੇ ਹੋਏਗੀ ਤੇ ਕਣਕ ਲੈਣ ਆਈ ਸੀ ਹਾਂ ਕਣਕਾ ਵਿਸਕਾਟ ਆ ਮਿਲ ਗਈ ਨਾ ਕੀ ਕਹਿੰਦਾ ਓ ਜੇ ਤਾਂ ਤੁਸ ਕੋਈ ਮੱਥੇ ਨਹੀਂ ਲੱਗਿਆ ਕੀ ਪਤਾ ਕੀ ਆਖੂਗਾ ਕਿੰਨੇ ਚਿਰ ਤੋਂ ਆਈ ਵੀ ਆ ਕਣਕ ਦੀਪੂ ਤੇ ਕਣਕਤਾ ਕਣਕਤਾ ਮਿੰਡਾ ਦਾ ਆਈ ਹੋਣੀ ਆ 56 ਮਹੀਨਾ ਤੋਂ ਆਈ ਹੋਊਗੀ ਨਹੀਂ ਉਹ ਦਿਨ ਕਿੰਨੇ ਹੋ ਗਏ ਆਈ ਨੂੰ ਦਿਨ ਤਾਂ ਹੁਣ ਕਈ ਦਿਨ ਹੋ ਗਏ ਵੰਡੀ ਜਾਂਦੇ ਹੋਗੇ ਜੀ 15 20 ਦਿਨ ਹੋ ਗਏ ਜੀ ਹਾਂਜੀ ਤੁਹਾਨੂੰ ਕਣਕ ਨਹੀਂ ਵੰਡੀ ਜਾ ਰਹੀ ਹੈ। ਅੱਜ ਵਾਜ ਦਿੱਤੀ ਸੀ ਅੱਜ ਆਏ ਅਸੀਂ। ਉਹ ਲੋਕ ਪਨ ਵੀ ਹਣ ਵੰਡੀ ਜਾ ਰਹੀ ਹੈ ਕਿ ਨਹੀਂ? ਨਹੀਂ ਭਾਈ। ਨਹੀਂ ਵਾਜ ਦਿੱਤੀ ਸੀ। ਅੱਜ ਵਾਜ ਦਿੱਤੀ ਸੀ ਵੀ ਕੋਟ ਵਾਲੇ ਦੇ ਕੱਪੜਾ ਹੁੰਦਾ ਤੇ ਵੀ ਫਰੀ ਵਾਲੀ ਕਣਕ ਚ ਜੀ ਕੱਪੜਾ ਹੋ ਰਿਹਾ ਤੇ ਆਪ ਦਾ ਵੀ ਪਰਚੇ ਕਟਾ ਲਓ। ਅੱਜ ਪਰਚੇ ਵਾਲਾ ਭੱਜ ਗਿਆ। ਪਰਚੇ ਵਾਲਾ ਭੱਜ ਗਿਆ। ਹਾਂਜੀ। ਉਹ ਕਹਿੰਦਾ ਮੈਂ ਬਹੁਤ ਘਰ ਘਰ ਵੰਡ ਕੇ ਆਇਆ ਪਰਚੇ ਤੁਹਾਨੂੰ ਮਿਲ ਗਈ ਤੁਹਾਨੂੰ ਇੱਥੇ ਕਹਿ ਕੇ ਵੀ ਗਿਆ ਤੇ ਅਸੀਂ ਆਖਿਆ ਵੀ ਅਸੀਂ ਤਾਂ ਜੀ ਵਾਜ ਨਹੀਂ ਜੀ। ਮਿਲੀ ਨਹੀਂ। ਜੇ ਮਿਲੀ ਹੋਵੇ ਤਾਂ ਅਸੀਂ ਕਿਉਂ ਆ ਗਏ? ਉਹ ਮਿਲੀ ਹੈ ਜੀ ਕਣਕ ਨਹੀਂ ਮਿਲੇ ਸਾਨੂੰ ਤਿੰਨ ਵੇਰੀਆਂ ਹੋ ਗਿਆ ਸਾਨੂੰ ਤਿੰਨਾਂ ਵੇਰੀਆਂ ਦੀ ਕਣਕ ਨਹੀਂ ਮਿਲੇਗੀ ਤੁਹਾਡੇ ਕੀ ਪਤਾ ਹੈ ਮਤਲਬ ਕਿੰਨੀ ਜ਼ਮੀਨ ਆ ਤੁਹਾਡੇ ਕੋਲੇ ਹਾਂ ਜ਼ਮੀਨ ਹੈ ਨਹੀਂ ਕੀ ਬੇਜ਼ਮੀਨੇ ਹੋ ਹਾਂ ਕੀ ਕਰਦੇ ਹੋ ਕੁਝ ਨਹੀਂ ਕਰਦੇਗੇ ਬਸ ਵੀ ਐ ਕੰਮ ਦਿੰਦਾ ਹੀ ਹੋਰ ਹੀ ਕਰ ਕਰਦੇ ਆਗੇ ਅੱਛਾ ਹਾਂ ਕੱਲੀ ਕੁੜੀ ਕੁੜੀ ਆ ਕਰ ਬੰਦਾ ਮੇਰਾ ਉਧਰਾਂ ਕਣਕ ਨਾ ਪਿਆ ਮਤਲਬ ਤੁਹਾਨੂੰ ਕਣਕ ਨਹੀਂ ਮਿਲ ਰਹੀ ਨਹੀਂ ਮਿਲ ਰਹੀ ਤੇ ਇਹ ਪਿੰਡ ਦੇ ਵਿੱਚ ਕੋਈ ਅਜਿਹੇ ਬੰਦੇ ਹੈ ਜਿਨ੍ਹਾਂ ਕੋਲੇ ਸਭ ਕੁਝ ਆ ਲੈ ਰਹੇ ਆ ਬਈ ਸਭ ਕੁਝ ਹੈ ਸਭ ਕੁਝ ਚੱਲ ਰਿਹਾ ਹੈਗਾ ਸਭ ਕੁਝ ਹੈ ਸਾਰੇ ਬੰਦੇ ਲੈ ਰਹੇ ਆ ਕਣਕ ਠੀਕ ਆ ਇਹ ਤੁਸੀਂ ਆਪ ਹੀ ਤੁਹਾਡੇ ਲੋਕ ਲੋਕ ਹੀ ਤੁਹਾਨੂੰ ਦੱਸੀ ਜਾ ਰਹੇ ਆ ਕਿਵੇਂ ਆ ਕਿ ਇਹਨਾਂ ਦਾ ਦਰੰਗਣਾ ਵੇਖੋ ਇਹਨਾਂ ਦਾ ਘਰ ਵਾਲਾ ਪਈ ਇਕੱਲੀ ਕੁੜੀ ਆ ਜਿਹਨੂੰ ਤਿੰਨ ਵਾਰੀ ਦੀ ਕਣਕ ਨਹੀਂ ਇਹਨਾਂ ਨੂੰ ਮੈਰੀ ਜੀ ਦੱਸੋ ਕੀ ਹੋਊਗਾ ਜੀ ਇਹਦਾ ਹਾਂਜੀ ਠੀਕ ਆ ਸਰ ਦੱਸੋ ਤਾਂ ਕੀ ਦਾ ਹਾਲ ਹੈ ਤੁਹਾਨੂੰ ਮਿਲ ਗਈ ਨਹੀਂ ਜੀ ਤੁਸੀਂ ਕੀ ਕਰਦੇ ਹੋ ਅਸੀਂ ਬਾਈ ਕਰਦੇ ਆ ਮੋੜੀ ਮੋੜੀ ਕਿੱਲੇ ਕਿੱਲਾ ਜਮੀਨ ਦਾ ਕਿੱਲਾ ਜਮੀਨ ਦਾ ਹਾਂ ਤੇ ਕਣਕ ਨਹੀਂ ਮਿਲੀ ਹਾਂ 2 ਮਿੰਟ ਤੇ ਹੋ ਚੱਲਿਆ 2 ਮਿੰਟ ਤੇ ਹੋ ਚੱਲਿਆ ਹਾਂ ਕੀ ਕਹਿੰਦਾ ਲੇਪੂ ਵਾਲਾ ਵਾਨਾ ਜੇਡ ਹੋਣੀ ਆ ਜੋਨੀ ਸਵੀਰੀਆ ਨੇ ਇਹੇ ਬੰਨ ਲਾ ਹਾਂ ਤੁਹਾਨੂੰ ਤੁਹਾਨੂੰ ਮਿਲ ਗਈ ਜੀ ਨਾ ਵੀ ਤੇ ਸਾਡੇ ਸਾਡੇ ਤੇ ਇੱਕ ਮੁੰਡੇ ਦਾ ਨਾਮ ਵੀ ਕੱਟਤਾ ਉਹਨਾਂ ਨੇ ਨਾਮ ਵੀ ਕੱਟਤਾ ਕੱਟਤਾ ਪਹਿਲਾਂ ਮੇਰੇ ਘਰ ਵਾਲੇ ਦਾ ਕੱਟਾ ਸੋਦਾ ਸੀ ਪਵਾੜਾ ਸੀਗਾ ਤੇ ਹੁਣ ਇੱਕ ਮੁੰਡੇ ਦਾ ਉਹਦਾ ਨਾਲ ਪਰਿਵਾਰ ਆ ਤਿੰਨ ਜੀ ਆ ਤੇ ਦੋ ਦਾ ਵੀ ਨਾਮ ਕੱਟਦਾ ਤੁਸੀਂ ਕੰਮ ਕੀ ਕਰਦੇ ਹੋ ਅਸੀਂ ਦੇਖ ਮੇਰੇ ਘਰ ਤਾਂ ਸਿੱਧੀ ਲੱਗਦਾ ਮੁੰਡੇ ਦਿਹਾੜੀ ਦਾ ਦਿਹਾੜੀਦਾਰ ਹਾਂ ਹਾਂ ਜੀ ਦਿਹਾੜੀ ਦਾ ਮਜ਼ਦੂਰ ਹੈ ਬਣ ਜਦੂਰਾ ਹਾਂ 16 ਰੁਪਏ ਕਿਲੋ ਆਟਾ ਲੈ ਕੇ ਖਾਣੇ ਅਸੀਂ ਤੇ ਇਹ ਕਹਿੰਦੇ ਅੱਜ ਘਰ ਆਟਾ ਦਿਆਂ ਸਵੇਰੇ ਕੱਢਦੇ ਤੇ ਕੱਢਦਾ ਕੋਈ ਵੀ ਨਹੀਂ ਹਾਂ ਹੋਣਾ ਤਾਂ ਜਿਹੜੇ ਲੈ ਕੇ ਲੈ ਕੇ ਜਿਹੜੇ ਰਹਿ ਗਏ ਰਹਿ ਗਏ ਜਿਹੜਾ ਲੈ ਕੇ ਲੈ ਕੇ ਰਹਿ ਕੇ ਰਹਿ ਗਏ ਹੈਗੇ ਰਹਿ ਗਏ ਹਾਂ ਕਿੰਨੇ ਕਿੰਨੇ ਪਰਿਵਾਰ ਖੜੇ ਆ ਤੁਸੀਂ ਲੰਘ ਪਾ ਗਏ ਇੱਥੇ ਹਾਂ ਪਤਾ ਨਹੀਂ ਦੂਜਾ ਦਿਨ ਦਾ 6 ਸਾਲ ਹੋ ਗਏ ਇੱਕ ਮਿੰਟ ਜੀ ਮੇਰਾ ਬੇਟਾ ਆਇਆ ਇਹਨੂੰ 9 ਸਾਲ ਸੌਰੀ ਮੈਂ 6 ਕਾ ਬੇਟਾ 9 ਸਾਲ ਹੋ ਗਏ ਇੱਕ ਮੇਰੀ ਪੋਤੀ ਦੀ ਕਣ ਘਾਰੀ ਆ ਤੇ ਮੇਰੀ ਨੋਂ ਦੀ ਅੱਜ ਤੱਕ ਵੀ ਕਣਕ ਨਹੀਂ ਦਿੰਦੀ ਅੱਜ ਅੱਛਾ ਕਈ ਵਾਰ ਪੋਤੀ ਦੀ ਆ ਗਈ ਨੋਂ ਦੀ ਨਹੀਂ ਆਈ ਨੋਂ ਦੀ ਨਹੀਂ ਆਈ ਤੇ ਪੋਤੇ ਦੀ ਵੀ ਨਹੀਂ ਆਈ ਹਮ ਦੇਖੋ ਇਹਨਾਂ ਦਾ ਅਸੂਲ ਆ ਕਈ ਵਾਰ ਮੇਰਾ ਬੇਟਾ ਵੀ ਜਾ ਆਇਆ ਦਫ਼ਤਰ ਤੇ ਮੈਂ ਵੀ ਇੱਕ ਦੋ ਵਾਰ ਜਾ ਆਇਆ ਪਰ ਅਸੀਂ ਮਜ਼ਦੂਰ ਬੰਦੇ ਆ ਅਸੀਂ ਇਹਨਾਂ ਦਾ ਪਿੱਛਾ ਨਹੀਂ ਕਰ ਸਕਦੇ ਇਹਨਾਂ ਨੂੰ ਸਰਕਾਰਾਂ ਨੂੰ ਆਪਣੇ ਆਪ ਚਾਹੀਦਾ ਹਾਂ ਹਾਂ ਇੱਕ ਗੱਲ ਹੋਰ ਮੈਂ ਸੁਣਦਾ ਵੀ ਬਦਲਾ ਆ ਗਿਆ ਬਦਲਾ ਆ ਗਿਆ ਜੀ ਬਦਲਾ ਬਦਲਾ ਨਹੀਂ ਥੋੜਾ ਜਿਹਾ ਸਪੈਲਿੰਗਾਂ ਦਾ ਫਰਕ ਹੈ ਦੁਨੀਆ ਵਾਲੋ ਸਮਝ ਜਾਓ ਇਹਨਾਂ ਨੇ ਬਦਲਾ ਲਿਆ ਸਿਰਫ ਸਾਡੇ ਸਮਝਣ ਦਾ ਸੀ ਬਦਲਾ ਕਹਿ ਰਹੇ ਸੀ ਪਰ ਨਹੀਂ ਬਦਲਾ ਨਹੀਂ ਬਦਲਾ ਇਹ ਇਹਨਾਂ ਨੇ ਲੈ ਲਿਆ ਸਾਥੋਂ ਪਰ ਅਸੀਂ ਹਲੇ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਸਹੀ ਅਸੂਲਾਂ ਤੇ ਚੱਲ ਕੇ ਗਰੀਬ ਮਜ਼ਦੂਰਾਂ ਨੂੰ ਜਿਹੜਾ ਹੁਣ ਆ ਇੱਕ ਬਾਈ ਇੱਕ ਕਿੱਲੇ ਵਾਲਾ ਇਹਨੂੰ ਹੱਕ ਆ ਕਣਕ ਮਿਲਣ ਦਾ ਤੇ ਕਈ ਸਾਡੇ ਸਾਡਾ ਪਿੰਡ ਦੇ ਵਿੱਚ ਵਿਰੋਧ ਵੀ ਹੋ ਜਾਣਾ ਕਈ 10 10 ਕਿੱਲਿਆਂ ਵਾਲੇ ਵੀ ਜਿਹੜੇ ਕਣਕ ਲੈ ਰਹੇ ਆ ਮਤਲਬ ਜਿਹੜੇ ਲੋਡ ਬੰਦ ਨਹੀਂ ਉਹ ਵੀ ਕਣਕ ਲੈ ਰਹੇ ਆ ਲੋਡ ਬੰਦ ਆ ਖੜੇ ਆ ਆ ਸਾਰੇ ਲੋਡ ਬੰਦ ਆ ਹਾਂਜੀ ਆ ਕਿਵੇਂ ਕਿਵੇਂ ਦੇਖਦੇ ਹੋ ਇਹ ਸਾਰੇ ਕਾਸੇ ਨੂੰ ਸਿਸਟਮ ਨੂੰ ਵੀ ਇਹ ਕਹਤਾ ਜਾਂਦਾ ਵੀ ਚਲੋ ਸਰਕਾਰ ਕਹਿ ਰਹੀ ਹੈ ਕਿ 18% ਕੋਟਾ 12% ਘਟਾ ਦਿੱਤਾ ਤਾਂ ਉਹ ਡਿਵਾਈਡ ਹੋ ਜੇ ਵੀ ਭਾਈ 2-2 ਕਿਲੋ ਕਣਕ ਘਟ ਗਈ ਸਭ ਦੀ ਹਾਂਜੀ ਹਾਂਜੀ ਇਹ ਇਹ ਕਿਉਂ ਹੁੰਦਾ ਹੈ ਤੁਸੀਂ ਕਿਵੇਂ ਦੇਖਦੇ ਹੋ ਬਿਲਕੁਲ ਜੀ ਸਰਕਾਰ ਕੋਲ ਇੱਕ ਤਾਂ ਇਹੋ ਜੀ ਕੋਈ ਨੀਤੀ ਨਹੀਂ ਪਹਿਲੀ ਗੱਲ ਤਾਂ ਜਿਹੜਾ ਕਟ ਲਗਾਇਆ ਜਾਂਦਾ 12% ਦਾ ਵੀ ਇੱਥੇ ਤੱਕ ਹਾਲਤ ਇਹ ਵੀ ਜਿਹੜੇ ਘਰਾਂ ਦੇ ਕਈਆਂ ਦੇ ਕਾਰਡ ਬਣਨ ਵਾਲੇ ਐ ਨਵੇਂ ਉਹ ਕਾਰਡ ਨਹੀਂ ਬਣ ਰਹੇ ਕਿਸੇ ਦੇ ਨਾਮ ਮਤਲਬ ਜੇ ਦੋ ਮੈਂਬਰ ਨੇ ਉਹਨਾਂ ਦਾ ਸਿਰਫ ਨੋਮੀਨੇਸ਼ਨ ਕਰਕੇ ਉਹਨਾਂ ਨੂੰ ਕੰਕ ਨਹੀਂ ਮਿਲਦੀ ਤੇ ਮਤਲਬ ਇਹ ਕੱਟ ਲਾਉਣ ਦਾ ਤਾਂ ਮਤਲਬ ਹੀ ਨਹੀਂ ਹੈਗਾ ਬਲਕਿ ਪੂਰਤੀ ਕਰਨੀ ਚਾਹੀਦੀ ਹੈ ਜਿਹੜੀ ਸਰਕਾਰ ਇਹ ਵੀ ਬੜਾ ਟਕਵਾਂਜਕ ਸਰਕਾਰ ਨੇ ਜਿਵੇਂ ਮੋਦੀ ਵੀ ਭਾਸ਼ਣ ਦਿੰਦਾ ਵੀ ਇਹ ਮੁਫਤ ਦੀ ਰਿਉੜੀਆਂ ਨੇ ਸਾਡੇ ਸੱਭਿਆਚਾਰ ਖਰਾਬ ਕਰਤਾ ਵੀ ਇਹ ਮੁਫਤ ਦੀ ਨਹੀਂ ਹੈ ਲੋਕ ਟੈਕਸ ਭਰਦੇ ਨੇ ਲੋਕ ਮਤਲਬ ਸਾਰੇ ਖਰਚੇ ਸਰਕਾਰ ਦੇ ਜਿੰਨੀ ਸੂਈ ਤੋਂ ਲੈ ਕੇ ਜਿੱਥੋਂ ਤੱਕ ਕੁੱਲ ਚੀਜ਼ ਖਰੀਦਦੇ ਨੇ ਉਹਦੇ ਤੇ ਟੈਕਸ ਦਿੰਦੇ ਨੇ ਤਾਂ ਲੋਕਾਂ ਦਾ ਇਹ ਹੱਕ ਹੈ ਵੀ ਉਹ ਫਰੀ ਦੀ ਸਹੂਲਤਾਂ ਇਹ ਲੈ ਸਕਣ ਇਹ ਲੋਕਾਂ ਦੇ ਵਿੱਚ ਵੀ ਭਰਮ ਪੈ ਜਾਂਦਾ ਵੀ ਫਰੀ ਦੇ ਕੇ ਲੋਕ ਵਿਗਾੜਦੇ ਨਹੀਂ ਵਿਗਾੜੇ ਫਰੀ ਲੋਕਾਂ ਨੂੰ ਕੁਝ ਨਹੀਂ ਮਿਲਦਾ ਇਹ ਜਿਹੜੀ ਦਵਾਈ ਚਵਾਨੀ ਲੋਕਾਂ ਨੂੰ ਦਿੰਦੀ ਔਸ਼ੇਦਾਂ ਸਹਾਨ ਕਰਦੇ ਆ ਉਹ ਲੋਕਾਂ ਦਾ ਹੱਕ ਹੈ ਇਸ ਦੇ ਉਲਟ ਜਿਹੜਾ ਅਸੀਂ ਦੇਖੀਏ ਵੱਡੇ ਸਰਮਾਇਦਾਰਾਂ ਨੂੰ ਲੱਖਾਂ ਕਰੋੜਾਂ ਦਾ ਕਰਜ਼ਾ ਜਿਹੜਾ ਮਾਫ਼ ਕਰੀ ਜਾਂਦੇ ਆ ਇਹ ਹਨਾ ਉਹਦੇ ਤੇ ਕੋਈ ਨਹੀਂ ਬੋਲਦਾ ਹੁਣ ਜੇ ਆ ਪੈਨਸ਼ਨ ਦੀ ਗੱਲ ਚੱਲੀ ਸੀ ਪੁਰਾਣੀ ਪੈਨਸ਼ਨ ਦੀ ਉਹਦੇ ਵਿੱਚ ਵੀ ਆਪਾਂ ਦੇ ਵੀ ਇਹਨਾਂ ਦੇ ਆਪ ਦੇ ਜਿਹੜੇ ਦਲਾਲ ਨੇ ਕੁਝ ਬਿਠਾਏ ਹੋਏ ਤਨਖਾਹਦਾਰ ਉਹ ਬਿਆਨ ਦਿੰਦੇ ਨੇ ਜੀ ਇਹਦੇ ਨਾਲ ਲੋਕਾਂ ਦਾ ਭਵਿੱਖ ਖਰਾਬ ਹੋਊਗਾ ਜੇ ਪੈਨਸ਼ਨ ਲਾਗੂ ਹੋਗੀ ਉਹ ਵੀ ਆਪਾਂ ਨੂੰ ਪਤਾ ਵੀ ਕਿਵੇਂ ਸਰਮਾਇਯਦਾਰਾਂ ਦੇ ਪੱਖ ਦੇ ਵਿੱਚ ਨੀਤੀਆਂ ਬਣਾਉਂਦੇ ਨੇ ਸਾਰਾ ਕੁਝ ਕਰਦੇ ਨੇ ਉਸੇ ਤਰ੍ਹਾਂ ਇੱਥੇ ਜਿਹੜਾ ਲੋਕਾਂ ਨੂੰ ਜਦੋਂ ਹੱਕ ਮਿਲਨੇ ਨੇ ਅਸੀਂ ਇੱਥੇ ਕੰਮ ਵੀ ਕਰਦੇ ਆਂ ਵੀ ਲੋਕਾਂ ਨੂੰ ਜਥੇਬੰਦ ਹੋਣ ਲਈ ਕਹਨੇ ਵੀ ਆਪਣੇ ਹੱਕਾਂ ਲਈ ਆਪਾਂ ਜਥੇਬੰਦ ਹੋਈਏ ਸੰਘਰਸ਼ ਕਰੀਏ ਫੇਰ ਮਸਲੇ ਹੱਲ ਹੋਣੇ ਨੇ ਹੁਣ ਜਿਹੜਾ ਇੱਥੇ ਇੱਕ ਹੋਰ ਵੀ ਮਸਲਾ ਜਿਵੇਂ ਹੈਗਾ ਹੈ ਕਣਕ ਦਾ ਵੀ ਕਰੀਬ ਵੀ ਵੀ 25 25 ਦਿਨ ਹੋ ਗਏ ਕਣਕਾਈ ਹੋਈ ਨੂੰ ਇੱਥੇ ਪਈ ਕਣਕ ਖਰਾਬ ਵੀ ਹੁੰਦੀ ਹੈ ਬੜਾ ਕੁਝ ਹੁੰਦਾ ਹੈ ਚੋਰੀ ਵੀ ਹੋ ਜਾਂਦੀ ਹੈ ਕਈ ਵਾਰੀ ਮਿਲਕੇ ਵੀ ਚੋਰੀਆਂ ਕਰਾਉਂਦੇ ਨੇ ਪਰ ਜਿਹੜੀ ਕਣਕ ਵੰਡੀ ਕਿਉਂ ਨਹੀਂ ਜਾ ਰਹੀ ਕਿਉਂਕਿ ਸਾਡੇ ਜੈਤੋ ਬਲਾਕ ਦੇ ਵਿੱਚ ਕਰੀਬ 50 ਦੇ ਕਰੀਬ ਪਿੰਡ ਹੋਣਗੇ ਪਰ ਮਸ਼ੀਨ ਇੱਕ ਹੈ ਜੀ ਉਹਨਾਂ ਪਿੰਡਾਂ 'ਚ ਤੇ ਹਰੇਕ ਪਿੰਡ 'ਚ ਤਿੰਨ-ਤਿੰਨ ਚਾਰ-ਚਾਰ ਡਿੱਪੂ ਹੈ ਕੀ ਸਰਕਾਰ ਜਿਹੜੀ ਕਰਦੀ ਸੀ ਵੀ ਘਰੋ ਘਰੀ ਅਸੀਂ ਆਟਾ ਦੇਵਾਂਗੇ ਕੀ ਉਹਦੀ ਇੰਨੀ ਔਕਾਤ ਨਹੀਂ ਹੈਗੀ ਵੀ ਉਹ ਘਟੋ-ਘਟੋ ਦੋ-ਤਿੰਨ ਮਸ਼ੀਨਾਂ ਹੋਰ ਬਲਾਕ ਦੇ ਵਿੱਚ ਦੇ ਸਕੇ ਦੋ-ਤਿੰਨ ਮੁੰਡੇ ਹੋਰ ਮਸ਼ੀਨ ਵਾਲੇ ਭਰਤੀ ਕਰ ਸਕੇ ਵੀ ਇੰਨਾ ਵੀ ਨਹੀਂ ਕਰ ਸਕਦੇ ਉਹ ਹੁਣ ਇੱਥੇ ਡਿੱਪੂ ਦੀ ਗੱਲ ਹੈ ਜਿਵੇਂ ਇਹ ਜਿਹੜਾ ਡਿੱਪੂ ਆ ਕੋਟਕਪੂਰੇ ਦਾ ਸਾਰਿਆਂ ਤੋਂ ਲ ਵੀ ਇੱਕ ਸਵਾਲ ਹੈ ਵੀ ਇਹ ਕੋਟ ਕਪੂਰੇ ਦਾ ਬੰਦਾ ਜਿਹੜਾ ਸਾਡੇ ਪਿੰਡ ਦਾ ਵੋਟਰ ਨਹੀਂ ਹੈ ਤਾਂ ਉਹ ਇੱਥੇ ਡਿੱਪੂ ਕਿਵੇਂ ਲੈ ਜਾਂਦਾ ਹੈ ਇਹਦੇ ਵਿੱਚ ਕੀ ਦੀ ਮਲੀਪੋਕਤਾ ਕੀ ਗੱਲ ਐ ਇਹ ਹੈ ਨਾ ਵੀ ਇਹਦੀ ਵੀ ਇਨਕੁਆਰੀ ਹੋਣੀ ਚਾਹੀਦੀ ਐ ਇਸ ਕਰਕੇ ਬਹੁਤ ਸਾਰੇ ਇਹੋ ਜਿਹੇ ਮਸਲੇ ਨੇ ਜਿੰਨਾਂ ਤੇ ਸਰਕਾਰ ਇਹ ਮੌਜੂਦਾ ਸਰਕਾਰ ਵੀ ਕੋਈ ਗੌਰ ਨਹੀਂ ਕਰ ਰਹੀ ਬੜੇ ਇਹਨਾਂ ਨੂੰ ਟਵੀਟ ਕਰਕੇ ਵੀ ਭਗਵੰਤ ਮਾਨ ਨੂੰ ਦੇਖਿਆ ਮੰਤਰੀ ਨੂੰ ਇਹ ਨਹੀਂ ਉਹਨਾਂ ਨੂੰ ਪਤਾ ਨਹੀਂ ਸਾਰਾ ਕੁਝ ਪਤਾ ਹੈ ਗੱਲ ਕੀ ਐ ਸਿਰਫ ਆਪਣੇ ਲੋਕਾਂ 'ਚ ਅਜੇ ਭਲੇਖਾ ਵੀ ਪਾਰਟੀ ਨਵੀਂ ਬਣ ਗਈ ਐ ਕੁਝ ਕਰੂਗੀ ਇਹਨਾਂ ਨੇ ਅਸੀਂ ਇਹੀ ਕਹਿਣਾ ਵੀ ਕੁਝ ਨਹੀਂ ਕਰਨਾ ਹੈਗਾ ਜਿਹੜਾ ਮਸਲੇ ਹੱਲ ਹੋਣੇ ਸਾਡੇ ਸਾਡੇ ਸੰਘਰਸ਼ ਨਾਲ ਹੋਣੇ ਐ ਸਾਡੇ ਲੋਕਾਂ ਦੇ ਦਬਾਅ ਨਾਲ ਹੋਣੇ ਐ ਨਹੀਂ ਤਾਂ ਉਹ ਸਾਰਾ ਕੁਝ ਜਿਵੇਂ ਪਹਿਲਾਂ ਚੱਲਦਾ ਆਉਂਦਾ ਉਵੇਂ ਚੱਲੀ ਜਾ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਕੱਲਾ ਕੱਲਾ ਬਜ਼ੁਰਗ ਹੈ ਬਾਪੂ ਨਾਲੇ ਲਵਾ ਰੋ ਦੋ ਉਹ ਕੋਈ ਨਹੀਂ ਲਵਾ ਦਿੰਦੇ ਆ ਤੁਸੀਂ ਕੱਲਾ ਕੱਲਾ ਜਿਹੜਾ ਮਰਜੀ ਬਜ਼ੁਰਗ ਤੇ ਨਿਗਾ ਮਾਰੋ ਤੁਹਾਨੂੰ ਪਤਾ ਲੱਗ ਜੂਗਾ ਕਿ ਲੋਡ ਬੰਦ ਆ ਕਿ ਬਿਨਾਂ ਲੋਡ ਤੋਂ ਆਇਆ ਆ ਤੁਸੀਂ ਹਾਲਾਤ ਦੇਖ ਸਕਦੇ ਹੋ ਇਹ ਖੜੇ ਹੈ ਵੀ ਭਾਈ ਸਾਡੀ ਕਣਕ ੱਟੀ ਗਈ ਇੱਕ ਆਸਰਾ ਹੁੰਦਾ ਹੈ ਗਰੀਬ ਬੰਦੇ ਨੂੰ ਕਿ ਚਲੋ ਕਣਕ ਇਧਰੋਂ ਆ ਜੂਗੀ ਬਾਕੀ ਚਲੋ ਜਿਹੜਾ ਦਾਲ ਜਿਹੜਾ ਖੁਲਕਾ ਉਹ ਬਾਕੀ ਜਿਹੜਾ ਤਿਆਰ ਕਰ ਲਵਾਂਗੇ ਪਰ ਜਿਹੜਾ ਉਹ ਇਹਨਾਂ ਨੂੰ ਹੁਣ ਲਗਭਗ 6-7 ਮਹੀਨੇ ਹੋ ਗਿਆ ਹੈ ਜਿਹੜੀ ਇਹਨਾਂ ਦੇ ਘਰ 'ਚ ਕਣਕ ਨਹੀਂ ਆਈ ਜਿਹੜਾ ਇਹਨਾਂ ਦੇ ਹਾਲਾਤ ਹੈ ਤੇ ਇਹ ਕਹਿ ਦਿੱਤਾ ਜਾਂਦਾ ਹੈ ਕਿ ਕੋਟਾ ਪਿੱਛੋਂ ਸਰਕਾਰ ਨੇ ਘਟਾਤਾ ਘਟਾਤਾ ਹੋਊਗਾ ਸਰਕਾਰਾਂ ਘਟਾਉਂਦੀਆਂ ਹੀ ਰਹਿੰਦੀਆਂ ਕਿ ਕੋਟੇ ਵੀ ਘਟਾਉਂਦੀਆਂ ਰਹਿੰਦੀਆਂ ਪਰ ਉਹ ਕੋਟਾ ਵੰਡ ਕਿਸ ਪ੍ਰਕਾਰ ਦੀ ਹੈ ਇੱਕ ਪਾਸੇ 50 ਪਰਿਵਾਰਾਂ ਨੂੰ ਕਹਿ ਦਿੱਤਾ ਕਿ ਤੁਹਾਨੂੰ ਤਾਂ ਕਣਕੀ ਨਹੀਂ ਮਿਲਣੀ ਵੰਡੀ ਗਈ ਤੁਹਾਡੀ ਮੋਗੀ ਤੇ ਬਾਕੀ ਲੋਕਾਂ ਨੂੰ ਦੇ ਦਿੱਤੀ ਕਿ ਇਹ ਕਿਹੜੀ ਵੰਡ ਹੈ ਜੇ ਕੋਟਾ ਘਟ ਗਿਆ ਇਹਨਾਂ ਦੀ ਘਟਾ ਦੇਣ ਕਿਲੋ ਕਿਲੋ ਘਟਾ ਦੇਣ ਇਹ ਵੀ ਮੰਨ ਲੈਣਗੇ ਚੱਲ ਭਾਈ ਅੱਜ ਕਿੰ ਘੱਟ ਕਿਲੋ ਘਟ ਆਈ ਹੈ ਇਹ ਇਹ ਤਾਂ ਵਿਚਾਰੇ ਬੈਠੇ ਆ ਹੁਣ ਰੋਟੀ ਵੱਲੋਂ ਤੇ ਦੂਜੇ ਪਾਸੇ ਜਿੰਨਾਂ ਜਿਹੜੇ ਲੈ ਗਏ ਜਿਹੜੇ ਚਹੇਤੇ ਹੋਣਗੇ ਤਾਂ ਕੁਦਰਤੀ ਗੱਲ ਹੈ ਕੋਈ ਮੇਰਾ ਚਹੇਤਾ ਦਾ ਪਹਿਲ ਤਾਂ ਮੈਂ ਉਹਨੂੰ ਦੇਵਾਂਗਾ ਉਸੇ ਹਾਲ ਚ ਇਹਨਾਂ ਨਾਲ ਹੋਈ ਹੈ ਤਾਂ ਆ ਤਸਵੀਰ ਬਾਪੂ ਤੇਰੀ ਉਮਰ ਕਿੰਨੀ ਹੈ ਮੇਰੀ ਅੱਸੀ ਸਾਲ ਦੇ ਨੇੜਾ ਹੈ ਹਾਂ ਕੀ ਕਰਦਾ ਹੁੰਨਾ ਹੁਣ ਕਰਨੂ ਆ ਕੇ ਯਾਬਾ ਰਖ ਕਾ ਇਸ ਜੇ ਯ ਕੰਕਟੇ ਆ ਐਸੇ ਨਹੀਂ ਆ ਬਸ ਜੇ ਰੋਟੀ ਕਹੇ ਦਾ ਕੰਮ ਕੀਤਾ ਮਾੜਾ ਬਟਾ ਰ ਖਾ ਖਾ ਨਹੀਂ ਨਹੀਂ ਖਾਦੀ ਕਿਤੇ ਤੈਨੂੰ ਕੋਈ ਦੁਕਾਨਕ ਨਹੀਂ ਮਿਲੀ ਮੈਨੂੰ ਹੋ ਗਿਆ ਕਾ ਪੰਜ ਸੱਤ ਤਾਂ ਮੇਰੇ ਕੋ ਤੇਰੀ ਵੀ ਆਈ ਨੂੰ ਤੇ ਉਹਦੀ ਗਾਨ ਕਵੀ ਡ ਡ ਡ ਡ ਤੇ ਹੈਗੀ ਆ ਠੀਕ ਉਹ ਵੀ ਨਹੀਂ ਮੇਰੇ ਕੋ ਉਹ ਵੀ ਖਾਈ ਜਾਂਦੇ ਆ ਤੂੰ ਬਰਤੀ ਲਈ ਫਿਰਦਾ ਆਹੋ ਆ ਵੇਖ ਹਾਂ ਮੈਨੂੰ ਮਿਲੀ ਨਹੀਂ ਬਹੁਤ ਚਿਰ ਹੋ ਗਿਆ ਕਿੰਨਾ ਚਿਰ ਹੋ ਗਿਆ ਬਹੁਤ ਚਿਰ ਹੋ ਗਿਆ ਦਿੱਤੀ ਨਹੀਂ ਮੈਨੂੰ ਤੇ ਤੇਰੇ ਕੋਲ ਜ਼ਮੀਨ ਨਾ ਹੋਵੇ ਤੇਰੀ ਤਾਂ ਘੜਤੀ ਹੋਵੇ ਹਾਂ ਜ਼ਮੀਨ ਆ ਤਾਂ ਨਹੀਂ ਤੂੰ ਆ ਜ਼ਮੀਨ ਥੋੜੀ ਜੀ ਹੈ ਜੀ ਆਹੋ ਆਹੋ ਕਰ ਲਿਆਣਾ ਹੀ ਆ ਆਹੋ ਕਿ ਲਿਆਣਾ ਤਾਂ ਹੈ ਨਹੀਂ ਆਹੋ ਤੇਰੀ ਵੀ ਘੜਤੀ ਹੈ ਆਹੋ ਇਹਨੂੰ ਨਹੀਂ ਦਿੰਦੇਗੇ ਆਹੋ ਦੋਨੋਂ ਤੁਹਾਨੂੰ ਸਾਰਿਆਂ ਨੂੰ ਨਹੀਂ ਮਿਲੇਗੀ ਕਿੰਨੇ ਕਿੰਨੇ ਆਰੀ ਹੋ ਗਈ ਸਾਨੂੰ ਪਿਛਲੀ ਾਰ ਵੀ ਫਰੀ ਵਾਲੀ ਕਣਕ ਮਿਲੀ ਨਹੀਂ ਸਿਨੇ ਦਿੱਤੀ ਨਾ ਕਹਿੰਦਾ ਮੁੱਕ ਗਈ ਹੋਣ ਨਹੀਂ ਮਿਲਦੀ ਹਾਂਜੀ ਤੁਹਾਨੂੰ ਜੀ ਸਾਨੂੰ ਵੀ ਨਹੀਂ ਮਿਲੀ ਵੀਰ ਜੀ ਕੋਟਾ ਹੀ ਖਤਮ ਹੋ ਗਿਆ ਸੀ ਵੀ ਪੁੱਛਾ ਸਾਡੀ ਵੀ ਰਹਿ ਗਈ ਸੀ ਫ੍ਰੀ ਵਾਲੀ ਸਾਡੇ ਹੋਰ ਵੀ ਨਾਲ ਦੇ ਘਰ ਸੀ ਚਾਰ ਪੰਜ ਉਹਨਾਂ ਦੀ ਵੀ ਰਹਿ ਗਈ ਸੀ ਕਹਿੰਦੇ ਸਰਕਾਰ ਦੇ ਕੋਟਾ ਖਤਮ ਹੋ ਗਿਆ ਫ੍ਰੀ ਵਾਲੀ ਕਣਕ ਦਾ ਬਾਅਦ ਚ ਪੈਸੇ ਵਾਲੀ ਹੈਗੀ ਉਹ ਵੀ ਸਰਕਾਰ ਦੇ ਕੋਟੇ ਚੋ ਹੀ ਆਈ ਹੈ ਪੈਸਿਆਂ ਵਾਲੀ ਵੀ ਤੁਹਾਨੂੰ ਮਿਲ ਗਈ ਕਣਕ ਜੀ ਨਹੀਂ ਵੀਰੇ ਇੱਕ ਵੀ ਨਹੀਂ ਮੇਰੀ ਅਗਲੀ ਵਾਰ ਵੀ ਨਹੀਂ ਮਿਲੀ ਅੱਛਾ ਹਾਂ ਮੇਰੇ ਕੋਲ ਤਾਂ ਕੁਛ ਵੀ ਨਹੀਂ ਨਾ ਸਾਰਾ ਤਾਂ ਪੁੱਛ ਲੋ ਨਾ ਕੋਈ ਜ਼ਮੀਨ ਹੈ ਨਾ ਜਵਾਨਾ ਮੁੰਡਾ ਦਿਹਾੜੀ ਜਾਂਦਾ ਮੁੰਡਾ ਦਿਹਾੜੀ ਜਾਂਦਾ ਹਾਂ ਆਪਾਂ ਗੁਰੂ ਘਰ ਖੜੇ ਮਤਲਬ ਇਹ ਵੀ ਇੱਕ ਹੋਊਗਾ ਵੀ ਮਤਲਬ ਉਹੀ ਗੱਲ ਆ ਜਾਂਦੀ ਵਾਰੀ ਵਾਰੀ ਵੀ ਲਿਹਾਜ ਵਾਲੇ ਲੈ ਜਾਂਦੇ ਤੇ ਆਮ ਜਿਹੜਾ ਲੋਡ ਬੰਦਾ ਰਹਿ ਜਾਂਦਾ ਹਾਂ ਹਾਂ ਠੀਕ ਆ ਜੀ ਇਹ ਹੈਗੀ ਆ ਜੀ ਹਾਂਜੀ ਹਾਂ ਹਾਂਜੀ ਗੱਲ ਇਹੀ ਗੱਲ ਹੈ ਇਹ ਜੇ ਘਰੇ ਜਾਈਦਾ ਤੇ ਆਹਨ ਦਾ ਕੋਟਾ ਪੂਰਾ ਹੋਗਾ ਤੁਹਾਡਾ ਅਸੀਂ ਅਗਲੀ ਯਾਰ ਦੇਵਾਂਗੇ ਇਹ ਫੋਨ ਲਾ ਲਾ ਕੇ ਕਣਕਾਂ ਵੰਡ ਦਿੰਦੇ ਆਗੇ ਜਿਹੜੇ ਲਿਹਾਜੀ ਹੁੰਦੇ ਆਗੇ ਸਾਡੇ ਗਿਆ ਤੇ ਸਾਡੇ ਅਰਗੇ ਰਹਿ ਜਾਂਦੇ ਤੇ 10 10 ਵਜ ਦੇ ਦੇ ਆ ਕੇ ਰੋਟੀ ਤੋਂ ਬਿਨਾ ਖੜ ਜਾਂਦੇ ਆ ਇੰਨੇ ਲੋਕ ਖੜੇ ਕਿਸੇ ਨੂੰ ਨਹੀਂ ਮਿਲੀ ਹਜੇ ਤੱਕ ਬੰਦਾ ਨਹੀਂ ਗਰੀਬ ਬੰਦੇ ਨੂੰ ਕਿਸੇ ਨੂੰ ਕਣਕ ਨਹੀਂ ਮਿਲੀ ਇਹ ਜਿਹੜੇ ਤਕੜੇ ਆ ਨਾ ਉਹਨਾਂ ਨੇ ਇਹ ਕਪੜੇ ਕਰਕੇ ਲੈ ਜਾਂਦੇ ਕਣਕ ਤੇ ਹਾਂ ਇਹ ਕਾਲਾ ਜਾਂ ਦੂਜਾ ਡੀਪੋਲਾ ਕੋਟ ਵਾਲਾ ਇਹ ਕਰਦੇ ਆਈਆਂ ਇਹਨੂੰ ਬਹੁਤ ਚੇਰ ਹੋ ਗਿਆ ਇਸ ਹਾਂ ਉਹ ਲਾਸਟ ਤੇ ਹੁੰਦਾ ਤੇ ਇਹ ਕਪੜੇ ਵਾਜੀ ਦਾ ਕਣਕ ਵਧਾਉਂਦਾ ਤੇ ਆ ਗਰੀਬ ਜਿਹੜਾ ਮਹੀਨਾ ਤਾਂ ਹੋ ਗਿਆ ਪੁੱਤ ਕਣਕਾ ਇਹਨੂੰ ਤੇ ਹਜੇ ਤੇ ਕਰਵੰਡੀ ਨਹੀਂ ਤੇ ਅਸੀਂ ਤਾਂ ਜਵਦੇ ਫਿਰਦੇ ਆ ਕਿ ਸਾਡੇ ਤਾਂ ਕੋਈ ਕੰਮ ਵਾਲਾ ਵੀ ਹੈ ਨਹੀਂ ਵੀ ਕਿਸੇ ਦੀ ਕਮਾਈ ਦੇ ਲਿਆਵਾਂਗੇ ਇਹ ਹਾਲਾਤ ਹਾਂ ਹਾਂ ਬਾਪੂ ਬੇਨਤੀ ਆ ਸਾਡੇ ਦੋ ਜੀਆਂ ਦਾ ਗੁੱਠ ਨੇ ਚੱਕਦੀ ਮਸ਼ੀਨ ਠੀਕ ਹੈ ਤੇ ਅੱਗੇ ਮੈਂ ਲੈਂਦਾ ਰਿਆਂ ਗੁੱਠਾ ਲਾ ਕੇ ਸਾਈ ਦਾ ਲੈਂਦਾ ਰਿਆਂ ਤੇ ਹੁਣ ਸਾਡੀ ਚੱਕਦੀ ਨੇ ਗੁੱਠ ਨੇ ਚੱਕਦੀ ਮਸ਼ੀਨ ਸਾਡਾ ਕੀ ਪ੍ਰੋਗਰਾਮ ਹੈ ਹਾਂ ਇਹ ਵੀ ਇੱਕ ਗੱਲ ਹੈ ਵੀ ਇੱਕ ਸਵਾਲ ਹੈ ਲਗਭਗ ਜਿਹੜੇ ਆ ਉਹ ਗੂਠੇ ਘਸ ਜਾਂਦੇ ਆ ਇਸ ਉਮਰ ਦੇ ਵਿੱਚ ਆ ਕੇ ਵੈਸੇ ਵੀ ਕਿਰਤੀਆਂ ਦੇ ਗੂਠੇ ਘਸੇ ਵੀ ਹੁੰਦੇ ਆ ਜਿਨ੍ਹਾਂ ਨੇ ਦਿਹਾੜੀ ਕਰਕੇ ਖਾਣੀ ਐ ਉਹਨਾਂ ਦੇ ਗੂਠੇ ਘਸੇ ਤੇ ਇਹ ਨਹੀਂ ਚੱਕਦੀ ਇਹਦੇ ਤੇ ਵੀ ਸਰਕਾਰ ਨੂੰ ਕੁਝ ਸੋਚਣਾ ਚਾਹੀਦਾ ਬਹੁਤੇ ਬੰਦਿਆਂ ਦੀ ਬਾਇਓਮੈਟ੍ਰਿਕ ਨਹੀਂ ਆਉਂਦੀਗੀ ਤੇ ਬਾਇਓਮੈਟ੍ਰਿਕ ਮਸ਼ੀਨ ਤੇ ਕਣਕ ਮਿਲਦੀ ਐ ਉਹਦਾ ਵਿਚਾਰਾ ਪਹਿਲਾਂ ਹੀ ਮਰਿਆ ਵਾ ਇੱਕ ਤਾਂ ਉਹਦੇ ਜਿੰਦਗੀ ਚ ਕੰਮ ਕਰ ਕਰਕੇ ਹੱਥ ਘਸ ਗਏ ਹੁਣ ਇਹ ਤਾਂ ਹੈ ਨਹੀਂ ਕਿ ਏਸੀ ਚ ਉਠਿਆ ਤੇ ਬਾਹਰ ਜਾਵੜਿਆ ਤੇ ਇਹਦੇ ਹੱਥ ਮਲੈਮ ਹੈ ਇਹਨੇ ਤਾਂ ਪਤਾ ਨਹੀਂ ਕਿਹੜੀਆਂ ਵਟਾਂ ਖੋਤੀਆਂ ਹੋਣਗੀਆਂ ਕਿਹੜੇ ਘਾਹ ਖੋਤ ਕੇ ਆਪੀ ਜ਼ਿੰਦਗੀ ਪਾਲਿਉ ਇਹਦੇ ਤੇ ਵੀ ਸਰਕਾਰ ਨੂੰ ਜਿਹੜੀ ਹੈ ਉਹ ਇੱਕ ਕੋਈ ਚੀਜ਼ ਕੋਈ ਮਸ਼ੀਨ ਜਾਂ ਕੋਈ ਪ੍ਰਕਿਰਿਆ ਹੋਰ ਲੈ ਕੇ ਆਉਣ ਦੀ ਲੋੜ ਹੈ ਤਾਂ ਕਿ ਇਹਨਾਂ ਲੋਕਾਂ ਨੂੰ ਵੀ ਕੰਮ ਕਿ ਮਿਲ ਸਕੇ ਜਿਨ੍ਹਾਂ ਦੇ ਹੱਥ ਸਕੈਨ ਨਹੀਂ ਹੁੰਦੇ ਬਾਇਓਮੈਟ੍ਰਿਕ ਨਹੀਂ ਚੱਕਦੇ ਬਹੁਤ ਸਮੱਸਿਆ ਪਿੰਡਾਂ ਚ ਇਹ ਤੇ ਵੀ ਗੌਰ ਕਰਨ ਦੀ ਲੋੜ ਹੈ ਤੇ ਦੂਜੀ ਜਿਹੜੀ ਗੌਰ ਹੈ ਇੱਕ ਮਿੰਟ ਗੱਲਬਾਤ ਕਰਦੇ ਹਾਂ ਹਾਂਜੀ ਮੇਰੀ ਮੈਂ ਕੀ ਕੀਤਾ ਇਹਨਾਂ ਦੀ ਗੱਲਤ ਹਾਂ ਚਾਰ ਵਾਰੀ ਦਫ਼ਤਰ ਚ ਜਾ ਕੇ ਆਇਆ ਠੀਕ ਹੈ ਇਹਦੇ ਘਰ ਵਾਲੀ ਨੂੰ ਇਦ੍ਰੰਗ ਹੈ ਇਹ ਵਿਚਾਰੀ ਕਣਕ ਲੈਣ ਆਉਂਦੀ ਹੈ ਸੱਦ ਲੈਂਦਾ ਕੋਟ ਵਾਲਾ 4 ਵਜੇ ਤਾਈਂ ਬੈਠੀ ਰਹਿੰਦੀਆਂ ਮੁੜ ਕੇ ਆ ਦਿੰਦਾ ਮਾਤਾ ਜਾਵੜਾ ਬੰਦੂ ਹੋ ਗਿਆ ਪਰਚਾ ਇਹਨੂੰ ਤੀਜੀ ਆ ਤੀਜੀ ਵਾਰੀ ਹੋ ਗਈ ਦੋ ਵਾਰੀ ਤਾਂ ਜਮਾ ਹੀ ਨਹੀਂ ਮਿਲੀ ਇੱਕ ਕਰੀ 2 ਰੁਪਏ ਵਾਲੀ ਪਰਚੀ ਦੇ ਨਾਲ 2 ਰੁਪਏ ਜਿਹੜੀ ਕਣਕ ਮਿਲੀ ਆ ਉਹਦੇ ਨਾਲ ਫਰੀ ਵਾਲੀ ਚੱਕੀ ਆ ਪਰਤੀ ਜੀ ਉਹ ਵੀ ਇਹਨੂੰ ਨਹੀਂ ਮਿਲੀ ਫੇਰ ਦੁਆਰੇ ਫਿਰ ਆਈ ਫੇਰ ਨਹੀਂ ਇਹਨਾਂ ਨੂੰ ਮਿਲੀ ਜੀ ਹੁਣ ਆ ਤੀਜੀ ਵਾਰੀ ਹੋਗੀ ਇਹ ਫੇਰ ਦੀ ਉਸੇ ਦੀ ਉੱਥੇ ਆ ਇਹਦੀ ਕੁੜੀ ਵਿਚਾਰੀ ਮੈਲਚ ਲੱਗੀ ਆ ਘਰ ਵਾਲਾ ਦਰੰਗਣਾ ਪਿਆ ਕੱਲ ਫੇਰ ਬਿਮਾਰ ਹੋ ਗਿਆ ਸੀ ਉੱਥੇ ਇਹਨਾਂ ਦੇ ਪੈਸੇ ਲੱਗੇ ਉੱਥੋਂ ਵਿਚਾਰੇ ਨੂੰ ਕੱਲ ਛੁੱਟੀ ਮਿਲੀ ਆ ਤਿੰਨਾਂ ਦਿਨਾਂ ਬਾਅਦ ਜੀ ਇਹ ਲੈ ਕੇ ਆਈ ਆ ਇਹਦੀ ਕੁੜੀ ਮੈਲਚ ਲੱਗੀ ਆ ਧਾਗਾ ਮੈਲਚ ਉਹਦੇ ਤੋਂ ਰੋਟੀ ਪਾਣੀ ਚੱਲਦਾ ਇਹਦਾ ਜੋ ਫਿਰ ਮਿਲਦਾ ਇਹਨੂੰ ਇਹਨੂੰ ਕੁਝ ਨਹੀਂ ਮਿਲਦਾ ਵਿਚਾਰੀ ਨਾ ਜੀ ਕੋਟ ਵਾਲਾ ਹੀ ਖਾਈ ਜਾਂਦਾ ਇਹਦੀ ਹਾਂ ਹਾਂ ਇਸੇ ਦੀਪੂ ਦੀ ਪ੍ਰੋਬਲਮ ਜ਼ਿਆਦਾ ਪੈਂਦੀ ਆ ਸਾਨੂੰ ਅਸੀਂ ਤਾਂ ਮਿਹਨਤ ਕਰਦੇ ਆ ਤੇ ਬੇਨਤੀ ਆ ਕੁਝ ਵੀ ਸਮਝ ਲੋ ਸਾਡੇ ਪਿੰਡ ਦੇ ਵੋਟਰ ਨੂੰ ਇਹ ਦੀਪੂ ਦੇ ਦਿੱਤਾ ਜਾਵੇ ਕਿਰਪਾ ਕਰਕੇ ਸਾਡੇ ਲੋਕਾਂ ਨੂੰ ਇਹ ਸਹੂਲਤ ਮਿਲ ਸਕਦੀ ਆ ਜੇ ਇਹ ਬਦਲਾ ਕੀਤਾ ਜਾਵੇ ਇਸ ਚੀਜ਼ ਦੇ ਵਿੱਚ ਅੱਛਾ ਇੱਕ ਗੱਲ ਹੋਰ ਦੱਸੋ ਵੀ ਆ ਜਿਹੜੀਆਂ ਪਹਿਲਾਂ ਗੱਲ ਇਹਨਾਂ ਨੇ ਬਦਲਾ ਸਰਕਾਰ ਇਹ ਨਵੀਂ ਆਈ ਆ ਤੁਹਾਨੂੰ ਪਤਾ ਜਿਹੜੀ ਨਵੀਂ ਆਈ ਆ ਇਹ ਕਹਿੰਦੀ ਸੀ ਆਮ ਲੋਕਾਂ ਦੀਆਂ ਦੁੱਖ ਨਹੀਂ ਆਉਣੇ ਤੁਹਾਨੂੰ ਲੱਗਿਆ ਵੀ ਇਹਨਾਂ ਦੇ ਆਉਣ ਤੋਂ ਬਾਅਦ ਕੁਝ ਬਦਲਿਆ ਕੋਛ ਨਹੀਂ ਜੀ ਬਦਲੇ 1000 ਰੁਪਏ ਆਂਦੇ ਸੀ ਲੇਡੀਸਿਸ ਨੂੰ ਪਾਵਾਂਗੇ ਉਹ ਵੀ ਨਹੀਂ ਪਾਇਆ ਹਾਂ ਹਾਂ ਜੀ ਤੇ ਵਿਦਵਾਨਾਂ ਨੂੰ ਆਂਦੇ ਸੀ ਜੀ ਘਰੋ ਘਰੀ ਕਣਕ ਪਹੁੰਚਿਆ ਕਰੂ ਜੀ ਘਰੋ ਘਰੀ ਕਿ ਇੱਥੇ ਆਇਆ ਨੂੰ ਵੀ ਨਹੀਂ ਦਿੰਦੇ ਦੀਪੂ ਵਾਲੇ ਹਾਂ ਉਹਦਾ ਤੇ ਮੇਰੇ ਪੋਤੇ ਦਾ ਜੀ ਨਾਂ ਨਹੀਂ ਚੜਿਆ 7 ਸਾਲ ਹੋ ਗਏ ਮੇਰੀ ਨੌਂ ਆਈ ਨੂੰ ਤੇ ਮੇਰੇ ਪੋਤੇ ਦਾ ਤੇ ਨੌਂ ਦਾ ਨਾਂ ਨਹੀਂ ਚੜਿਆ ਬਹੁਤ ਵਾਰੀ ਥਾਰਮ ਦਿੱਤੇ ਸੀ ਨਹੀਂ ਇਹ ਕਹਿੰਦੇ ਸੀ ਘਰੋ ਘਰੀ ਦਿਆ ਕਰਾਂਗੇ ਮਾਤਾ ਵੀਰੇ ਘਰੋ ਘਰੀ ਕਣਕ ਦੇਣੀ ਹੁੰਦੀ ਤੇ ਫਿਰ ਇੱਥੇ ਕੀ ਲੋੜ ਸੀ ਰੌਲਾ ਪਾਉਣ ਦੀ ਇਹ ਨਹੀਂ ਕਰੋ ਕਰੀ ਕਰਨਕ ਦੇਣੀ ਹੁੰਦੀ ਬੀਬੰਗਾ ਕਾਨੂੰ ਔਖੀਆਂ ਹੁੰਦੀਆਂ ਕੰਮ ਛੱਡ ਛੱਡ ਪਾਈ ਦਿੰਦੇ ਆ ਆਇਆ ਕਹਿੰਦੇ ਬਦਲਾ ਆਊਗਾ ਨਵਾਂ ਜਗ ਬਦਲਾ ਲੈ ਲਿਆ ਬਦਲਾ ਕਾ ਤਾਂ ਹੋਣਾ ਸੀ ਬਦਲਾ ਹੀ ਲੈ ਲਿਆ ਹਾਂਜੀ ਸੌਕੇ ਹੋਏ ਕੋਈ ਪੰਜ ਆ ਸਾਲ ਹੋ ਗਿਆ ਸਰਕਾਰ ਬਣੀ ਨੂੰ 9-10 ਮਹੀਨੇ ਹੋ ਗਏ ਕੋਈ ਸੌਖ ਨੇ ਉਦੋਂ ਔਖੇ ਹੋਈਆਂ ਔਖੇ ਹੀ ਆ ਹਾਂਜੀ ਹੋਣ ਹੋਗੇ ਜੀ ਸੌਖੇ ਕਿੱਥੋਂ ਹੋਗੇ ਔਖੇ ਕੀਤੇ ਆ ਸੌਖੇ ਨਹੀਂ ਕੀਤੇ ਉਹ ਜਿਹੜੀਆਂ ਮੜ ਮੜ ਮਿਲਦਾ ਸੀ ਕੁਛ ਉਹ ਵੀ ਬੰਦ ਹੋ ਗਿਆ ਹਾਂਜੀ ਸਾਡੇ ਮੁੰਡੇ ਨੂੰ 12 ਉਹਨੂੰ 12 ਸਾਲ ਹੋ ਗਿਆ 12 13 ਸਾਲਾਂ ਦਾ ਸੁੱਖਣਾ ਜਵਾਰ ਚੱਲੇ ਵੀ ਏਡੇ ਏਡੇ ਨੇ ਤੇ ਤਾਂ ਵੀ ਉਹਨਾਂ ਨੂੰ ਉਹਨਾਂ ਦਾ ਕਾਰਡ ਹੀ ਕੱਟਦਾ ਉਹਨਾਂ ਦੇ ਨਾ ਤਾਂ ਤੇਰੇ ਇੱਕ ਮੁੰਡੇ ਦਾ ਕਾਰਡ ਨੰਬਰ ਸੀ ਸਾਡੇ ਕਾਰਡ 'ਚ ਉਹ ਵੀ ਕੱਟਦਾ ਕਹਿੰਦੇ ਤੇਰੇ ਕਣ ਕਿਨੇ ਹੁੰਦੇ ਤੇ ਬੰਦਾ ਮਰੇ ਦਾ ਤਾਂ ਕਾਰਡ ਕੱਟਦੇ ਹੀ ਆ ਤੇ ਜਿਉਂਦਿਆਂ ਦੇ ਕੱਟ ਦਿੰਦੇ ਕਣਕ ਇਹੇ ਇਹ ਕੋ ਗੱਲ ਥੋੜੀ ਆ ਤੇ ਕਾਟ ਇੰਨੇ ਫਾਰਮ ਭਰੇ ਆ ਤੇ ਸਾਡੇ ਮੁੰਡੇ ਦਾ ਕਾਰਡ ਨਹੀਂ ਬਣ ਕੇ ਆਇਆ ਹਾਂ ਬਾਪੂ ਨੇਕ ਮਾਰਾ ਉਹਦੀ ਚੂਕਣਾ ਟੁੱਟਿਆ ਉਹਦੀ ਵੀ ਨਹੀਂ ਦਿੱਤੀ ਜਿਹੜੇ ਚੂਕਾ ਰੋਟਾ ਵਾ ਹੈ ਮੰਜੇ ਘਰੇ ਪਈਆ ਉਹਦੀ ਗਾਨਕ ਵੀ ਨਹੀਂ ਦਿੱਤੀ ਮੋਰੀ ਵੀ ਨਹੀਂ ਦਿੱਤੀ ਮਤਲਬ ਥੋੜੇ ਤਾਂ ਮੈਂ ਵੇਖ ਰਿਹਾ ਜੇ ਅੱਜ ਮਤਲਬ ਖੁਰਜਾ 50 ਪਰਿਵਾਰਾਂ ਦੇ ਉੱਤੇ ਖੜੇ ਆ ਮੈਨੂੰ ਲੱਗਦਾ ਇੱਥੇ ਵੀ ਹਾਂ ਹੁੱਕਾ ਦਾ ਆਂਦਿਆ ਹੁੱਕਾ ਆ ਸੀਗਾ ਸਾਰੇ ਪਿੰਡ ਨੂੰ ਸੱਦ ਲੈਂਦੇ ਆ ਅੱਜ ਉੱਠ ਗਏ ਇੱਥੋਂ ਠੀਕ ਹੈ ਜੀ ਤੇ ਬਜ਼ੁਰਗਾਂ ਦੇਖ ਲਓ ਉਹ ਮੰਨ ਲਓ ਅਸੀਂ ਤਾਂ ਚੱਲ ਕੇ ਆ ਜਾਾਂਗੇ ਕਿੰਨਾ ਮੁਸ਼ਕਿਲ ਆ ਠਣ ਜੀ ਠੀਕ ਹੈ ਜੀ ਉਹ ਮਸਾ ਆਉਂਦੇ ਆ ਵਿਚਾਰੇ ਫਿਰ ਕਹਿੰਦੇ ਸਿਸਟਮ ਹੀ ਖਰਾਬ ਹੋ ਗਿਆ ਜੀ ਇੱਥੇ ਕਿਦੋਂ ਇਹਨਾਂ ਨੂੰ ਤਨਖਾਹ ਪੈਂਦੀ ਆ ਮਹੀਨੇ ਵਿੱਚੋਂ ਉਦੋਂ ਸਿਸਟਮ ਕਿਵੇਂ ਚੱਲ ਪੈਂਦਾ ਜੀ ਲੋਕ ਇਨੀ ਤਾਂ ਕੋਈ ਕੰਮਲੇ ਨਹੀਂ ਗੇ ਇਹ ਸਾਰੇ ਰਲੇ ਆ ਜੀ ਮਤਲਬ ਆਪ ਦੇ ਚਿਹਤਿਆਂ ਨੂੰ ਪਹਿਲਾਂ ਕੰਮ ਕਰਕੇ ਦੇ ਦਿੰਦੇ ਆ ਜਿਹੜੇ ਲੋਕ ਆ ਬਿਲਕੁਲ ਜੀ ਬਿਲਕੁਲ ਸਾਰੇ ਪਿੰਡ ਨੂੰ ਖਰਾਬ ਕਰਦੇ ਆ ਦੇਖ ਲਓ ਬੁੜੀਆਂ ਕਿੰਨੀਆਂ ਉਹ ਖਾਈ ਸਾਰਾ ਕੰਮਕਾਰ ਛੱਡ ਕੇ ਵਿਚਾਰੀਆਂ ਆਉਂਦੀਆਂ ਫਿਰ ਇੱਥੇ ਆ ਕੇ ਰੌਲਾ ਇੱਥੇ ਬੰਦੇ ਆ ਦੋ ਤਿੰਨ ਉਹਨਾਂ ਨੂੰ ਡੀਪੂ ਦਿੱਤੇ ਆ ਉਹ ਪਿੰਡ ਦੇ ਬੰਦੇ ਨੂੰ ਦਿੱਤੇ ਜਾਣ ਕਿਸੇ ਨੂੰ ਵੀ ਦਿੱਤੇ ਜਾਣ ਪਿੰਡ ਦੇ ਬੰਦੇ ਨੂੰ ਦਿੱਤੇ ਹਾਂ ਜਿਹੜੇ ਬਾਹਰ ਦੇ ਬੰਦੇ ਦਾ ਤਾਂ ਸਾਨੂੰ ਫਾਇਦਾ ਹੀ ਕੋਈ ਨਹੀਂ ਵੀ ਜਦੋਂ ਮੰਨ ਲਓ ਇੱਕ ਬੰਦਾ ਘਰੇ ਹੁੰਦਾ ਉਹ ਦਿਹਾੜੀ ਗਿਆ ਹੁੰਦਾ ਅੱਧੀ ਜਲਦੀ ਸੱਤ ਲੈਂਦੇ ਆ ਤੇ ਉਹ ਦਿਹਾੜੀ ਜਿੰਨੀ ਵੀ ਰਹਿ ਜਾਂਦਾ ਹੂੰ ਹੋਂਦਾ ਕਿੰਨਾ ਪਰਵਾਹ ਆ ਸਾਰਾ ਖੜਾ ਇਹ ਕੰਮ ਤੇ ਸਾਰੇ ਬੰਦੇ ਜਾਣ ਵਾਲੇ ਸੀ ਸਰਕਾਰ ਚ ਕੋਈ ਸੌਖ ਹੋਈ ਨਾ ਜੀ ਸਾਨੂੰ ਕੋਈ ਫਾਇਦਾ ਨਹੀਂ ਗਾ ਨਵੀਂ ਸਰਕਾਰ ਦਾ ਸਾਨੂੰ ਕੋਈ ਫਾਇਦਾ ਨਹੀਂ ਇਹਦਾ ਨਾ ਇਹਦਾ ਫਾਇਦਾ ਲੱਗਿਆ ਤੇ ਨਾ ਲੱਗੇ ਉਹ ਗੰਤਮਾਨ ਤਾਂ ਕਹਿੰਦੇ ਦੁੱਖ ਟੁੱਟ ਜਾਣਗੇ ਉਹ ਦੁੱਖ ਉਹਨਾਂ ਦੇ ਤਾਂ ਟੁੱਟ ਹੀ ਜਾਂਦੇ ਸੀ ਜਿਨ੍ਹਾਂ ਨੇ ਸਰਕਾਰ ਬਣ ਗਈ ਜਿਨ੍ਹਾਂ ਦੀ ਉਹਨਾਂ ਦੇ ਦੁੱਖ ਟੁੱਟ ਗਏ ਦੁੱਖ ਤਾਂ ਜਿਹੜੇ ਸਾਡੇ ਆਗਿਆਂ ਨੂੰ ਲੱਗ ਗਿਓ ਲੱਗ ਗਏ ਥੋੜੇ ਟੁੱਟੇ ਦੁੱਖ ਘਾਏ ਟੁੱਟਣੇ ਵੱਧ ਲੱਗੇ ਆਈ ਮਜਦੂਰੀ ਪਹਿਲਾਂ ਵੀ ਉਹੀ ਕਰਦੇ ਹੁਣ ਵੀ ਉਹੀ ਕਰੀ ਜਾਂਦੇ ਆਪਾਂ ਠੀਕ ਆ ਉੱਚੀ ਤਗਲੀਵਾ ਪਹਿਲਾਂ ਵੀ ਉਹੀ ਤਗਲੀਵਾ ਹੁਣ ਵੀ ਉਹੀ ਆ ਡੀਪ ਵਾਲੇ ਨੂੰ ਕਹਿੰਦੇ ਕੰਕ ਕਹਿੰਦੇ ਥੋੜੀ ਤਾਂ ਕੱਟੀ ਗਈ ਜੇ ਲੈਣ ਚਾਹੀਦਾ ਕਹਿੰਦਾ ਮੁੱਕ ਗਈ ਤੇ ਘਪਲਾ ਕਰਦੇ ਆ ਵੇਚ ਦਿੰਦੇ ਆ ਵਿੱਚੋਂ ਮਤਲਬ ਇਹ ਵੀ ਹੋਊਗਾ ਵੀ ਜਿਹੜੇ ਲੋਡ ਬੰਦ ਨਹੀਂ ਉਹ ਲੈ ਜਾਂਦੇ ਹੋਣਗੇ ਇਹ ਤਾਂ ਜਿਵੇਂ ਕਿ ਅਸੀਂ ਆ ਗਰੀਬ ਆ ਹੁਣ ਇੰਨੇ ਖੜੇ ਆ ਠੀਕ ਆ ਅੱਗੇ ਥੋੜੇ ਸਾਹਮਣੇ ਇਹਨਾਂ ਨੂੰ ਸਾਧ ਲੈੰਦਿਆ ਜਿਹੜੇ ਵੱਡੇ ਲੋਕ ਉਹਨਾਂ ਨੂੰ ਫੋਨ ਕਰਕੇ ਸਾਧ ਲੈੰਦੇ ਆ ਜ਼ਮੀਨਾਂ ਵਾਲਿਆਂ ਨੂੰ ਵੀ ਆ ਕੇ ਕਾਣਕ ਲੈ ਜਾਓ ਉਹਨਾਂ ਦੇ ਘਰੇ ਵੀ ਸੱਟ ਕੇ ਆਉਂਦੇ ਆ ਘਰੇ ਪਰਚੀਆਂ ਘੱਟ ਕੇ ਆਉਂਦੇ ਆ ਉਹਨਾਂ ਨੂੰ ਫੋਨ ਕਰਕੇ ਘੱਟ ਤੜਕੇ ਦਾ ਪਰਚੀਆਂ ਕੱਟਣ ਲੱਗਾ ਤੁਹਾਨੂੰ ਬਾੜ ਤੇ ਬਾਜ ਆਈ ਅਸੀਂ ਆਉਣੇ ਆ ਅਸੀਂ 30 ਰੁਪਏ ਕਿਲੋ ਆਟਾ ਲੈ ਕੇ ਖਾਣੇ ਗਰੀਬ ਆਦਮੇ ਜੜੀ ਲੱਗਦੇ ਆ ਉਹ ਲੋਕਡਾਊਨ ਵਾਲੀ ਗੱਲ ਆ ਜੀ ਜਦੋਂ ਪੈਸਿਆਂ ਦੀ ਲੋਕਬੰਦੀ ਲੱਗੀ ਸੀ ਨਾ ਉਹਦੇ ਜਿਹੜੇ ਤਗੜੇ ਲੋਕ ਸੀ ਉਹਨਾਂ ਦੇ ਘਰੇ ਮੈਨੇਜਰ ਜਾਵੜਦੇ ਸੀ ਤੇ ਜਿਹੜਾ ਮੇਦਾਰਗਾ ਦਾ ਹੀ ਲਾਈਨ ਚ ਖੜਦਾ ਦਿੰਦਾ ਸਾਜੀ ਦੀ ਜਲਦੀ ਬੰਦੀ ਵਿਲੇ ਹੋਇਆ ਹੋਇਆ ਨਾ ਉਹੀ ਗੱਲ ਅੱਜ ਹੋਈ ਖੜੀ ਇੱਥੇ ਜਿਹੜੇ ਤਗੜੇ ਲੋਕ ਉਹਨਾਂ ਦੇ ਘਰੇ ਕਣਕ ਸਿੱਟੇ ਆਉਂਦੇ ਤੇ ਜਿਹੜੇ ਗਰੀਬ ਭੁੱਖੇ ਬੈਠੇ ਆ ਤੇ ਉਹ ਜਿਹੜੇ ਅਜੇ ਮੰਨ ਲੈ ਇਥੇ ਲੋਡ ਬੰਦ ਹੈ ਇੱਥੇ ਤੁਰਿਆ ਫਿਰ ਹਾਂ ਇਹਦੇ ਚੋਂ 50% ਹੋਣਗੇ ਜਿਹੜੇ ਦਿਹਾੜੀ ਛੱਡ ਕੇ ਆਇਆ ਮੈਂ ਵੀ ਦਿਹਾੜੀ ਤੋਂ ਆਇਆ ਮੇਰੇ ਹੱਥ ਦੇਖ ਲਓ ਹੁਣ ਤਿੰਨ ਘੰਟੇ ਇੱਥੇ ਹੋ ਗਏ ਤਾਂ ਮੈਂ ਉਹਨੂੰ ਕੀ ਕਹੂੰਗਾ ਮੈਨੂੰ ਪੂਰੀ ਦਿਹਾੜੀ ਦੇ ਨਾ ਮੈਂ ਪਿੱਛੇ ਜੋਗਾ ਤੇ ਨਾ ਅੱਗੇ ਜੋਗਾ ਅੱਗੇ ਆਈ ਕੁੱਤਾ ਲੈ ਗਿਆ ਤੇ ਮਗਰਲੀ ਅਗਲੀ ਨੂੰ ਹੱਥ ਨਹੀਂ ਪਿਆ ਮਗਰਲੀ ਕੁੱਤਾ ਲੈ ਗਿਆ ਤਾ ਤੁਸੀਂ ਦੇਖੀ ਤਸਵੀਰ ਇੱਕ ਵਾਰ ਮੈਂ ਕਹੂੰਗਾ ਉਧਰ ਨੂੰ ਕੈਮਰਾ ਮਾਈਆਂ ਦੇ ਵੱਲੋਂ ਕੀਤਾ ਜਾਵੇ ਇਹ ਉਹ ਮਾਈਆਂ ਜਿਹੜੀਆਂ ਤੜਕੇ ਦੀਆਂ ਕਣਕ ਵਾਸਤੇ ਉਡੀਕ ਕਰ ਰਹੀਆਂ ਸੀ ਕਿ ਆਊਗੀ ਤਾਂ ਇਹਨਾਂ ਨੂੰ ਇੱਕ ਸੁਨੇਹਾ ਮਿਲ ਗਿਆ ਕਿ ਭਾਈ ਤੁਹਾਡਾ ਕੋਟਾ ਖਤਮ ਹੋ ਗਿਆ ਇਹਨਾਂ ਦਾ ਕੋਟਾ ਕਿਨੇ ਖਤਮ ਕੀਤਾ ਕੌਣ ਇਹਨਾਂ ਦੇ ਕੋਟੇ ਤਿਆਰੀ ਚਲਾ ਗਿਆ ਇਹਨਾਂ ਨੂੰ ਵੀ ਨਹੀਂ ਪਤਾ ਇਹ ਤਾਂ ਬਸ ਇਹਨਾਂ ਹੀ ਜਾਣਦੇ ਕਿ ਡਿੱਪੂ ਵਾਲੇ ਨੇ ਭਾਈ ਸਾਨੂੰ ਕਣਕ ਨਹੀਂ ਦਿੱਤੀ ਇਹ ਇੱਕ ਮਿੰਟ ਦੀ ਸਮੱਸਿਆ ਨਹੀਂ ਇਹ ਰੋੜੀ ਕਿ ਪੂਰੇ ਦੀ ਨਹੀਂ ਇਹ ਪੂਰੇ ਪੰਜਾਬ ਦੀ ਸਮੱਸਿਆ ਹੈ ਪੂਰੇ ਪੰਜਾਬ ਵਿੱਚ ਇਹ ਵਾਪਰ ਰਿਹਾ ਹੈ ਕਿ ਜਿਹੜਾ ਲੋਡ ਬੰਦ ਹੈ ਉਹ ਕਣਕ ਤੋਂ ਸਖਣਾ ਰਹਿ ਜਾਂਦਾ ਜਿਹਨੂੰ ਲੋਡ ਨਹੀਂ ਜਿਹਦੀ ਲਿਆਜ ਹੈ ਜਿਹਦਾ ਰਸੂਖ ਹੈ ਉਹਦੇ ਘਰੇ ਪਰਚੀ ਪਹੁੰਚ ਜਾਂਦੀ ਉਹਦੇ ਘਰੇ ਕਣਕ ਵੀ ਪਹੁੰਚ ਜਾਂਦੀ ਹੈ ਇਹ ਸਰਕਾਰ ਇਹ ਕਹਿ ਕੇ ਆਈ ਸੀ ਕਿ ਅਸੀਂ ਜਿਹੜੇ ਕਾਰਡ ਆ ਉਹ ਲੋਡ ਬੰਦਾਂ ਦੇ ਰੱਖਾਂਗੇ ਨੰਬਰ ਦੋ ਦੇ ਉੱਤੇ ਕਿਹਾ ਸੀ ਕਿ ਜਿਹੜੀ ਕਣਕ ਹੈ ਉਹ ਘਰ-ਘਰ ਪਹੁੰਚੂ ਚਲੋ ਘਰ-ਘਰ ਨਹੀਂ ਵੀ ਪਹੁੰਚੀ ਇਹ ਕਹਿੰਦੇ ਵੀ ਘੱਟੋ-ਘੱਟ ਸਾਨੂੰ ਡੀਪੂ ਤੇ ਆਉਣ ਤਾਂ ਕਣਕ ਮਿਲ ਜੇ ਡੀਪੂ ਤੇ ਆਉਣ ਤਾਂ ਸਾਨੂੰ ਜਿਹੜਾ ਸਾਡੀ ਲੋਡ ਆ ਉਹ ਮਿਲ ਜੇ ਕੋਈ ਸੇ ਕਿਸੇ ਦੇ ਘਰ ਵਾਲੇ ਨੂੰ ਉਧਰਾਂਗਾ ਕਿਸੇ ਦੇ ਘਰੇ ਰੋਟੀ ਨਹੀਂ ਪੱਕਦੀ ਕਿਸੇ ਦੇ ਘਰੇ ਜਿਹਦੇ ਕਾਰਡ ਕੱਟਦਾ ਕਿਸੇ ਦੇ ਘਰੇ ਕੋਈ ਸਮੱਸਿਆ ਕਿਸੇ ਦੇ ਘਰੇ ਕੋਈ ਕਿਉਂਕਿ ਇਹ ਦਿਹਾੜੀਦਾਰ ਹੈ ਦਿਹਾੜੀ ਲਾਉਂਦੇ ਆ ਤਾਂ ਰੋਟੀ ਖਾਂਦੇ ਆ ਦਿਹਾੜੀ ਲਾਉਂਦੇ ਆ ਤਾਂ ਚੁੱਲ੍ਹਾ ਚੱਲਦਾ ਉਸੇ ਦੇ ਵਿੱਚ ਉਹਨਾਂ ਨੂੰ ਥੋੜੀ ਆਸ ਹੁੰਦੀ ਹੈ ਕਿ ਇੱਕ ਕਣਕ ਦੇ ਨਾਲ ਸਾਡੇ ਦੋ ਹੀ ਮਹੀਨਾ ਦੋ ਮਹੀਨੇ ਜਿਹੜੇ ਆ ਉਹ ਨਿਕਲ ਜਾਣਗੇ ਸਾਲ ਦੇ ਦਿਨ ਹੈ ਸਾਲ ਦੇ ਦਿਨ ਦੇ ਵਿੱਚ ਤਾਂ ਅਸੀਂ ਆਮ ਹੀ ਕਹਿੰਦੇ ਨੇ ਕਿ ਭੁੱਖ ਵੀ ਵੱਧ ਲੱਗਦੀ ਹੈ ਸਿਆਲ ਦੇ ਦਿਨ ਦੇ ਵਿੱਚ ਤਾਂ ਲੋਕ ਦਾਨ ਵੀ ਵੱਧ ਕਰਦੇ ਆ ਪਰ ਜਿਹੜੀ ਸਰਕਾਰ ਹੈ ਜਾਂ ਇਹ ਸਿਸਟਮ ਹੈ ਜਾਂ ਇਹ محکمہ ਹੈ ਇਹ ਕੀ ਸੋਚ ਰਹੇ ਹੈ ਇਹ ਇਥੇ ਇੱਕ ਸਵਾਲ ਖੜਾ ਹੁੰਦਾ ਹੈ ਕਿ ਭਾਈ ਇਹਨਾਂ ਬਾਰੇ ਵੀ ਸੋਚੋ ਇਹ ਵੋਟਾਂ ਕੱ ਲਈਆਂ ਉਹੀ ਨਹੀਂ ਵੀ ਤੁਸੀਂ ਵੋਟਾਂ ਨੇੜੇ ਆਏ ਤੇ ਇਹਨਾਂ ਨੂੰ ਸਮਝ ਲਿਆ ਕਿ ਭੇਡਾਂ ਬੱਕਰੀਆਂ ਤੇ ਵੋਟਾਂ ਪਵਾ ਲਈਆਂ ਤੇ ਉਸ ਤੋਂ ਬਾਅਦ ਬੱਸ ਠੀਕ ਹੈ ਜਿੱਧਰ ਮਰਜ਼ੀ ਭੌਂਕਦੇ ਫਿਰਨ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਹ ਉਹ ਲੋਕ ਹੈ ਜਿਹੜੇ ਲੋਕਾਂ ਨੇ ਬਦਲਾ ਲਿਆ ਹੁੰਦਾ ਜਿਹੜੇ ਲੋਕਾਂ ਨੇ ਸੋਚਿਆ ਸੀ ਕਿ ਨਵੀਂ ਸਰਕਾਰ ਆਊਗੀ ਤੇ ਅਸੀਂ ਭਾਈ ਸਾਡੀ ਜ਼ਿੰਦਗੀ ਬਦਲੂਗੀ ਇਹਨਾਂ ਦੀ ਜ਼ਿੰਦਗੀ ਉਹ ਹੈ ਇਹਨਾਂ ਦੇ ਨਾਲ ਜੇ ਪੰਜਾਬੀ ਚ ਕਹਾਂ ਉਹੀ ਕੁੱਤੇਖਾਣੀ ਹੋ ਰਹੀ ਹੈ ਤਾਂ ਸਰਕਾਰ ਨੂੰ ਕੁਝ ਸੋਚ ਕੇ ਇਹਨਾਂ ਬਾਰੇ ਕੋਈ ਸੋਚਣਾ ਚਾਹੀਦਾ ਹੈ ਇਹਨਾਂ ਨੂੰ ਇੱਕ ਆਪ ਦੀ ਜਿਵੇਂ ਬਾਈ ਨੇ ਕਿਹਾ ਕਿ ਟੈਕਸ ਦੇ ਵਿੱਚੋਂ ਜਿਹੜਾ ਸਾਡੇ ਦੇ ਵਿੱਚੋਂ ਜਿਹੜੀ ਸਾਨੂੰ ਕਣ ਕੇ ਦੇਣੀ ਹੈ ਉਹ ਦੇ ਕੇ ਇਹਨਾਂ ਲੋਕਾਂ ਦੀ ਕੋਈ ਮਦਦ ਕੀਤੀ ਜਾਵੇ ਜਿਹੜਾ ਇਹਨਾਂ ਦਾ ਬਣਦਾ ਹੱਕ ਆ ਉਹਨਾਂ ਨੂੰ ਦਿੱਤਾ ਜਾਵੇ ਜੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 مرداబాద్ 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 عام آدمی پارٹی مرداబాద్ مرداబాద్ مرداబాద్